ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 28 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500, 408-272-2500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟੋਕਟਨ ਅਮਰਜੀਤ ਸਿੰਘ, ਮੈਂ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂ ਯੂਨੀਵਰਸਿਟੀ, ਹਰਵਿੰਦਰ ਸਿੰਘ ਦਿਓਲ ਸਟੋਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟੋਕਟਨ, ਗੁਰਪਾਲ ਸਿੰਘ ਸੰਧੂ ਸਿਟਰ ਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕਸਟੋ ਬਰਨਸ ਵਾਇਓਮਿੰਗ, ਜੈਂਡਰ ਮੋਰਗੇਜ ਅਤੇ ਰੀਅਲ ਅਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ, ਮੋਹਨ ਚੀਮਾ, ਨੰਬਰ 5089905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 4159090503 ਦੇ ਉੱਤੇ। ਇਸੇ ਦੇ ਨਾਲ ਨਾਲ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨੌਰਥ ਈਸਟ ਸਟਰੀਟ ਵੁੱਡਲੈਂਡ, ਕਾਲ 9163969085। ਘੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਇਹਨਾਂ ਦੀ ਸ਼ੌਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਹਨਾਂ ਦੇ ਕੋਲ ਕਾਫੀ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਐਡਰੈਸ 2306 ਵੈਸਟ ਡੈਨ ਰੋਨਕਿਊਲੋ ਡਰਾਈਵ, ਫਰੈਜ਼ਨੋ, ਕਾਲ 5592663737, 5962-66-3337। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤਾਂ UK ਦੀ ਸਰਕਾਰ ਜਿਹੜੀ ਆ, ਉਹਨਾਂ ਨੇ ਇਹ ਕਹਿਤਾ ਵੀ ਜਿੰਨੇ ਵੀ ਟਰੈਵਲਰਸ ਯੂਰਪੀਅਨ ਯੂਨੀਅਨ ਤੋਂ ਆ ਰਹੇ ਆ, ਮੁਲਕਾਂ ਤੋਂ ਅਤੇ US ਤੋਂ, ਜੇ ਉਹ ਫੁੱਲੀ ਵੈਕਸੀਨੇਟਡ ਹੈਗੇ ਆ ਤਾਂ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਊਗਾ। ਇਹ ਸਾਰਾ ਕੁਛ ਜਿਹੜਾ ਆ 2 ਅਗਸਤ ਤੋਂ ਲਾਗੂ ਹੋ ਜਾਊਗਾ। ਸੋ ਇਹ ਇੱਕ ਵਧੀਆ ਖਬਰ ਆ ਵੀ US ਦੇ ਜਿੰਨੇ ਵੀ ਰੈਜੀਡੈਂਟਸ ਹੈਗੇ ਆ, ਜੇ UK ਵਿਜ਼ਿਟ ਕਰਨ ਜਾ ਰਹੇ ਆ, ਫੁੱਲੀ ਵੈਕਸੀਨੇਟਡ ਆ, ਤਾਂ ਤੁਹਾਨੂੰ ਫਿਰ ਉੱਥੇ ਕੁਆਰੰਟੀਨ ਨਹੀਂ ਕਰਨਾ ਪਊਗਾ ਅਤੇ ਤੁਸੀਂ ਜਾ ਸਕਦੇ ਹੋ। ਪਰ US ਨੇ ਹਜੇ ਨਹੀਂ ਕੀਤਾ ਹੈਗਾ, ਬਾਕੀ ਜਿਹੜੇ ਯੂਰਪੀਅਨ ਯੂਨੀਅਨ ਦੇ ਜਿਹੜੇ ਰੈਜੀਡੈਂਟਸ ਆ, ਉਹਨਾਂ ਲਈ ਇੱਥੇ ਆਉਣ ਦੇ ਲਈ ਹਜੇ ਉਹ ਓਪਨਿੰਗ ਨਹੀਂ ਹੋਈ ਹੈਗੀ। ਜੀ ਬਿਲਕੁਲ, ਉਹ ਕਹਿ ਰਹੇ ਸੀਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਇਸ ਦੇ ਉੱਤੇ ਫੈਸਲਾ ਜਿਹੜਾ ਆ ਉਹ ਲਿਆ ਜਾ ਸਕਦਾ ਆ। ਉੱਧਰ CDC ਨੇ ਇਹ ਹੁਣ ਰਿਕਮੈਂਡੇਸ਼ਨਸ ਦਿੱਤੀਆਂ ਆ ਵੀ ਭਾਈ ਹੁਣ ਅੰਦਰ ਜਦੋਂ ਤੁਸੀਂ ਬੈਠਦੇ ਆ, ਈਵਨ ਤੁਸੀਂ ਫੁੱਲੀ ਵੈਕਸੀਨੇਟ ਵੀ ਹੈਗੇ ਆ ਤਾਂ ਵੀ ਤੁਸੀਂ ਜਿਹੜੇ ਮਾਸਕ ਆ ਉਹ ਲਗਾ ਕੇ ਰੱਖਿਆ ਕਰੋ। ਸੋ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਹੁਣ ਜਿਹੜੇ ਮਾਸਕ ਆ ਉਹ ਦੁਬਾਰਾ ਜਿਹੜੇ ਉਹ ਆ ਰਹੇ ਹੈਗੇ ਆ। ਲਾਸ ਵੇਗਸ ਜਿਹੜਾ ਸੈਲਾਨੀਆਂ ਦੇ ਲਈ ਕਾਫੀ ਇੱਕ ਚਰਚਿਤ ਥਾਂ ਆ, ਕਾਫੀ ਲੋਕ ਉੱਥੇ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਜਾਂਦੇ ਆ, ਉੱਥੇ ਕਹਿੰਦੇ ਆ ਮਾਸਕ ਮੈਂਡੇਟਸ ਜਿਹੜੇ ਆ ਉਹ ਵਾਪਸ ਆ ਰਹੇ ਆ ਅਤੇ ਸੈਲਾਨੀ ਇਸ ਚੀਜ਼ ਤੋਂ ਬਹੁਤੇ ਜਿਹੜੇ ਆ ਖੁਸ਼ ਆ ਉਹ ਨਜ਼ਰ ਨਹੀਂ ਆ ਰਹੇ ਹੈਗੇ। ਸੋ ਇਹ ਜਿਹੜੇ ਕਈ ਥਾਵਾਂ ਦੇ ਉੱਤੇ ਆਲਰੇਡੀ ਕਈ ਜਿਹੜੀਆਂ ਕਾਉਂਟੀਜ਼ ਆ, ਕਈ ਸਟੇਟਸ ਆ, ਉਹ ਇਹਨਾਂ ਨੂੰ ਸਟੇਟ ਵਾਈਡ ਮਾਸਕ ਮੈਂਡੇਟ ਆ ਉਹ ਦੁਬਾਰਾ ਲੈ ਕੇ ਆ ਰਹੀਆਂ। ਇਨਫੈਕਟ ਨਵਾਡਾ ਨੇ ਤਾਂ ਦੁਬਾਰਾ ਜਿਹੜਾ ਸਟੇਟ ਵਾਈਡ ਮਾਸਕ ਮੈਂਡੇਟ ਆ ਉਸਨੂੰ ਰੀਇੰਸਟਾਲ ਵੀ ਜਿਹੜਾ ਉਹ ਕਰ ਦਿੱਤਾ। ਕੱਲ੍ਹ ਹੀ CDC ਨੇ ਇਹ ਜਿਹੜੀ ਅਨਾਊਂਸਮੈਂਟ ਆ ਉਹ ਕੀਤੀ ਸੀਗੀ। ਸੋ ਵਾਰ ਵਾਰ ਇਹੀ ਜਿਹੜੀ ਆ ਹੁਣ ਗੁਹਾਰ ਜਿਹੜੀ ਉਹ ਲਾਈ ਜਾ ਰਹੀ ਹੈਗੀ ਆ ਵੀ ਭਾਈ ਜਿੱਥੇ ਕਿਤੇ ਵੀ ਤੁਸੀਂ ਆਉਂਦੇ ਜਾਂਦੇ ਹੈਗੇ ਆ, ਅੰਦਰ ਖਾਤਿਆਂ ਦੇ ਵਿੱਚ ਜਦੋਂ ਵੀ ਕਿਤੇ ਤੁਸੀਂ ਹੁੰਦੇ ਆ ਤਾਂ ਭਾਈ ਮਾਸਕ ਲਗਾ ਕੇ ਰੱਖੋ। ਫੈਡਰਲੀ ਤੌਰ ਦੇ ਉੱਤੇ ਵੀ ਕਹਿੰਦੇ ਆ ਵੀ ਇਹ ਹੁਣ ਆਲਮੋਸਟ ਤੈਅ ਹੋ ਰਿਹਾ ਆ ਵੀ ਫੈਡਰਲ ਇੰਪਲੋਈਜ਼ ਆ ਉਹਨਾਂ ਨੂੰ ਵੀ ਇਨਡੋਰਸ ਦੇ ਵਿੱਚ ਮਾਸਕ ਮੈਂਡੇਟ ਅਤੇ ਜਿਹੜਾ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਵਾਲੀ ਜਿਹੜੀ ਗੱਲ ਸੀਗੀ ਉਸ ਨੂੰ ਜਿਹੜਾ ਆ ਉਹ ਲਾਗੂ ਕੀਤਾ ਜਾ ਸਕਦਾ ਆ। ਜੀ, ਸੋ ਬਿਲਕੁਲ, ਜਦੋਂ ਵੀ ਵਾਈਟ ਹਾਊਸ ਦੇ ਵਿੱਚ ਵੀ ਇਹ ਨੈਂਸੀ ਪਲੋਸੀ ਵੱਲੋਂ ਇਹ ਕਿਹਾ ਗਿਆ ਵੀ ਉੱਥੇ ਸਾਰਿਆਂ ਨੂੰ ਪਾਉਣਾ ਪਊਗਾ, ਅਤੇ ਕੈਵਿਨ ਮਕਾਰਥੀ ਜਿਹੜੇ ਕੈਲੀਫੋਰਨੀਆ ਤੋਂ ਹੈਗੇ ਆ ਹਾਊਸ ਮਿਨੋਰਟੀ ਲੀਡਰ, ਉਹਨਾਂ ਨੇ ਇਹ ਕਿਹਾ ਵੀ ਇਹ ਸਹੀ ਨਹੀਂ ਹੈਗਾ, ਅਤੇ ਨੈਂਸੀ ਪਲੋਸੀ ਨੇ ਉਹਨਾਂ ਨੂੰ ਜਿਹੜਾ ਸ਼ਬਦ ਆ ਮੋਰੋਨ ਜਿਹੜਾ ਆ ਉਹ ਵਰਤਿਆ ਹੈਗਾ। ਅਗਲੀ ਖਬਰ ਜਿਹੜੀ ਆ, ਬਾਈ ਪਾਰਟੀਸ਼ਨ ਜਿਹੜਾ ਇਨਫਰਾਸਟਰਕਚਰ ਡੀਲ ਆ
ਉਹ ਜਿਹੜੇ ਚੱਕ ਸ਼ੂਮਰ ਆ ਉਹ ਕਹਿੰਦੇ ਵੀ ਲਗਭਗ ਹੁਣ ਕੁਝ ਘੰਟਿਆਂ ਦੇ ਵਿੱਚ ਹੀ ਸਾਡੀ ਕਹਿੰਦੇ ਵੀ ਐਡਵਾਂਸ ਹੋਣ ਜਾ ਰਹੀ ਆ। 1.2 ਟ੍ਰਿਲੀਅਨ ਡਾਲਰ ਦਾ ਬਾਈ ਪਾਰਟੀਸ਼ਨ ਇਨਫਰਾਸਟ੍ਰਕਚਰ ਬਿੱਲ ਜਿਹੜਾ ਆ ਉਹਦੇ ਤੇ ਕੰਮ ਹੋ ਰਿਹਾ ਆ। ਪਿਛਲੇ ਕਾਫੀ ਦਿਨਾਂ 'ਚੋਂ ਮੀਡੀਆ 'ਚ ਤਾਂ ਨਹੀਂ ਆ ਰਿਹਾ ਸੀ, ਪਰ ਬਿਹਾਈਂਡ ਦਾ ਸੀਨ ਕੁਝ ਜਿਹੜੇ ਰਿਪਬਲਿਕਨ ਸੈਨੇਟਰਸ ਤੇ ਬਾਕੀ ਡੈਮੋਕ੍ਰੇਟਸ ਇਹਦੇ ਤੇ ਵਰਕ ਕਰ ਰਹੇ ਸੀ। ਸੈਨੇਟਰ ਕ੍ਰਿਸਟਨ ਸਿਨੇਮਾ ਡੈਮੋਕ੍ਰੇਟ ਐਰੀਜ਼ੋਨਾ ਤੋਂ ਤੇ ਰੌਬ ਪੋਰਟਮੈਨ ਰਿਪਬਲਿਕਨ ਓਹਾਇਓ ਤੋਂ, ਇਸੇ ਤਰ੍ਹਾਂ ਲੀਜ਼ਾ ਮਰਕੋਸਕੀ ਜਿਹੜੇ ਆ ਅਲਾਸਕਾ ਤੋਂ, ਉਹ ਕਹਿੰਦੀ ਆ ਵੀ ਇਹ ਜਿਹੜਾ ਸਟਰੋਂਗ ਸੋਲਿਡ ਹੈਗਾ ਆ ਇਹਦੇ 'ਚ ਸਾਨੂੰ ਕੰਮ ਕਰਨਾ ਚਾਹੀਦਾ। ਮੇਨਲੀ ਜਿਹੜਾ ਫੋਕਸ ਹੈਗਾ ਉਹ ਅਮੈਰੀਕਾ ਦੇ ਵਿੱਚ ਰੋਡਸ, ਬ੍ਰਿਜਸ ਤੇ ਬ੍ਰੌਡਬੈਂਡ ਦੇ ਉੱਤੇ ਹੈਗਾ। ਬ੍ਰੌਡਬੈਂਡ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਰੂਰਲ ਏਰੀਏ ਆ, ਪੇਂਡੂ ਏਰੀਏ, ਉੱਥੇ ਨਹੀਂ ਮਿਲਦਾ। ਸੋ ਇਹ 3.5 ਟ੍ਰਿਲੀਅਨ ਡਾਲਰ ਤੇ ਪਹਿਲਾਂ ਵਰਕਆਊਟ ਹੋਇਆ ਸੀ, ਉਸ ਤੋਂ ਬਾਅਦ ਫਿਰ 1.2 ਟ੍ਰਿਲੀਅਨ ਡਾਲਰ ਦਾ ਜਿਹੜਾ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਆ। ਰਿਪਬਲਿਕਨ 600 ਬਿਲੀਅਨ ਡਾਲਰ ਤੇ ਐਗਰੀ ਕਰ ਰਿਹਾ, ਤੇ ਹੁਣ ਦੇਖਦੇ ਹਾਂ ਵੀ ਕਿੱਥੇ ਕਿਹ ਗੱਲ ਜਿਹੜੀ ਆ ਪਹੁੰਚਦੀ ਹੈਗੀ ਆ। ਜੀ ਇਹ ਦੇਖਦੇ ਹਾਂ, ਅਤੇ ਉੱਧਰ ਖਬਰ ਇਸ ਦੇ ਨਾਲ ਸੰਬੰਧਿਤ ਇਹ ਵੀ ਜਿਹੜੀ ਜੋੜੀ ਜਾ ਰਹੀ ਆ, ਕਹਿੰਦੇ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਜਿਹੜਾ ਬਾਈਡਨ ਦੇ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਡੀਲ ਆ ਉਸ ਨੂੰ ਸਬ ਅਟੈਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਆਲਰੇਡੀ ਉਹਨਾਂ ਨੇ ਆਪਣੇ ਜਿਹੜੇ ਨਜ਼ਦੀਕੀ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੂੰ ਕਿਹਾ ਹੈ ਵੀ ਭਾਈ ਕਿਸੇ ਵੀ ਤਰੀਕੇ ਦੇ ਨਾਲ ਬਾਈਡਨ ਦੇ ਏਜੰਡੇ ਨੂੰ ਆਪਾਂ ਪਾਸ ਜਿਹੜਾ ਉਹ ਨਹੀਂ ਹੋਣ ਦੇਣਾ, ਇਹ ਇਨਫਰਾਸਟ੍ਰਕਚਰ ਬਿੱਲ ਆ ਉਸ ਨੂੰ ਰੋਕਣਾ ਆ। ਇਹ ਹਰਜੋਤ ਸਿੰਘ ਜੀ ਜਿਹੜਾ ਇਹ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਹੈ ਇਹਦੇ ਵਿੱਚ ਮਹਿਜ 5 ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਸਾਥ ਡੈਮੋਕ੍ਰੇਟਸ ਨੂੰ ਹਾਲ ਦੀ ਘੜੀ ਜਿਹੜਾ ਉਹ ਮਿਲ ਰਿਹਾ ਹੈ। ਜੇ ਬਾਕੀਆਂ ਨੂੰ ਮਨਾ ਸਕਣਗੇ ਕਿ ਨਹੀਂ, ਇਹ ਇੱਕ ਵੱਡੀ ਜਿਹੜੀ ਗੱਲ ਹੋਊਗੀ, ਕਿਉਂਕਿ ਜੇ ਇਹ ਫਿਲਬਸਟਰ ਤੋਂ ਬਚ ਕੇ ਨਿਕਲਣਾ ਚਾਹੁੰਦੇ ਆ ਤਾਂ ਇਹਨਾਂ ਨੂੰ ਘੱਟੋ ਘੱਟ 10 ਰਿਪਬਲਿਕਨਸ ਦਾ ਜਿਹੜਾ ਆ ਇਸ ਦੇ ਵਿੱਚ ਸਾਥ ਚਾਹੀਦਾ ਹੋਵੇਗਾ। ਸੋ ਇਹ ਇੱਕ ਇੰਟਰਨਲੀ ਇਹਨਾਂ ਦੇ ਲਈ ਜਿਹੜੀ ਕਾਫੀ ਵੱਡੀ ਜਿਹੜੀ ਆ ਚੁਣੌਤੀ ਆ ਉਸ ਦੇ ਵਿੱਚ ਰਹਿਣ ਵਾਲੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨਾ ਦੇ ਉੱਤੇ ਵਾਰ ਵਾਰ ਦਬਾਅ ਪਾਇਆ ਜਾ ਰਿਹਾ ਹੈ ਵੀ ਜਿਹੜਾ ਕੋਵਿਡ-19 ਦਾ ਵਾਇਰਸ ਆ ਉਸ ਦੀ ਓਰੀਜਨ ਆ ਉਸ ਦੀ ਜਾਂਚ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਜਾਵੇ, ਪਰ ਚਾਈਨਾ ਇਸ ਚੀਜ਼ ਦੇ ਵਿੱਚ ਟਸ ਤੋਂ ਮਸ ਨਹੀਂ ਹੋ ਰਿਹਾ। ਇਹ ਜਿਹੜੇ ਕਾਮਰੇਡ ਉੱਥੇ ਬੈਠੇ ਨੇ ਜਿਹੜੇ ਬੀਜਿੰਗ ਦੇ ਵਿੱਚ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਆਖਿਆ ਵੀ ਅਸੀਂ WHO ਦੇ ਇਸ ਪ੍ਰਪੋਜ਼ਲ ਤੋਂ ਜਿਹੜੇ ਨਾਖੁਸ਼ ਹਾਂ, ਅਤੇ ਕੋਵਿਡ-19 ਦੀ ਓਰੀਜਨ ਸਟੱਡੀਜ਼ ਦੇ ਵਿੱਚ ਹੁਣ ਮੋਹਰੇ ਜਿਹੜਾ ਉਹ ਸਾਥ ਨਹੀਂ ਜਿਹੜਾ ਉਹ ਦੇਵਾਂਗੇ। ਯੂਰਪੀਅਨ ਯੂਨੀਅਨ ਨੇ ਵੀ ਇਸ ਮੰਗ ਨੂੰ ਜਿਹੜਾ ਹੋਰ ਚੁੱਕਿਆ ਸੀਗਾ ਵੀ ਚਾਈਨਾ ਇਸ ਪੈਨਡੈਮਿਕ ਓਰੀਜਨ ਦੀ ਜਿਹੜੀ ਜਾਂਚ ਚੱਲ ਰਹੀ ਆ ਉਸ ਦੇ ਵਿੱਚ ਸਾਥ ਜਿਹੜਾ ਉਹ ਦੇਵੇ। ਸੋ ਕਹਿ ਸਕਦੇ ਹਾਂ ਵੀ ਜਿੱਦਾਂ ਕਿਹਾ ਜਾਂਦਾ ਵੀ ਦਾਲ 'ਚ ਕੁਛ ਨਾ ਕੁਛ ਕਾਲਾ ਜਿਹੜਾ ਉਹ ਹੋ ਸਕਦਾ ਆ, ਤਾਂ ਹੀ ਜਿਹੜੇ ਚਾਈਨਾ ਵਾਲੇ ਵਾਰ ਵਾਰ ਇਸ ਚੀਜ਼ ਨੂੰ ਇਸ ਦੇ ਓਰੀਜਨ ਕਿੱਥੋਂ ਇਸ ਦੀ ਸ਼ੁਰੂਆਤ ਹੋਈ ਆ ਉਸ ਦੀ ਘੋਖ ਜਿਹੜੀ ਕਰਨ ਤੋਂ ਇਨਕਾਰੀ ਹੋਏ ਨੇ। ਜੀ ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸਰੋਤਿਆਂ ਨੂੰ ਯਾਦ ਹੋਊਗਾ ਕੁਛ ਹਫ਼ਤੇ ਪਹਿਲਾਂ VTA ਦੇ ਵਿੱਚ ਇੱਕ ਸਿਰਫਿਰੇ ਨੇ ਜਿਹੜੀਆਂ ਗੋਲੀਆਂ ਚਲਾ ਕੇ ਆਪਣੇ ਹੀ ਨਾਲ ਦੇ ਸਾਥੀ ਵਰਕਰਾਂ ਨੂੰ ਮਾਰ ਦਿੱਤਾ ਸੀ। ਹੁਣ ਉਹ ਜਿਹੜੇ ਵਰਕਰਸ ਦੀਆਂ ਫੈਮਿਲੀਜ਼ ਹੈਗੀਆਂ 10 ਦੀਆਂ, 9 ਵਰਕਰਸ ਸੀਗੇ, 10ਵਾਂ ਉਹ ਆਪ ਸੀ। ਸੋ ਉਹਨਾਂ ਨੇ ਵਰਕਰਸ ਕੌਂਪ ਦਾ ਜਿਹੜਾ ਕਲੇਮ ਫਾਈਲ ਕੀਤਾ ਹੈ, ਅਤੇ ਕਹਿੰਦੇ ਵੀ ਜਿਹੜੀ ਵਰਕਰਸ ਕੌਂਪ ਆ ਉਹ ਉਹਨਾਂ ਨੂੰ ਜਿਹੜਾ ਸਹੀ ਡਾਇਰੈਕਸ਼ਨ ਨਹੀਂ ਦੇ ਰਹੀ, ਕਿਉਂਕਿ ਜਿਹੜੀ ਅਮਲਗਾਮੇਟਡ ਟ੍ਰਾਂਜ਼ਿਟ ਯੂਨੀਅਨ ਆ ਉਹਦੇ 'ਚ ਜਿਹੜਾ ਕਹਿੰਦੇ ਅਸੋਲਟ ਇੰਸ਼ੋਰੈਂਸ ਕਵਰੇਜ ਆ ਉਹ ਸਿਰਫ $50,000 ਤੇ ਹੀ ਆ। ਸੋ ਉਹਦੇ 'ਚ ਜਿਹੜੇ ਲੋਇਰਸ ਆ ਹੁਣ ਆਲਰੇਡੀ ਉਹਨਾਂ ਨੇ ਵਰਕ ਕਰਨਾ ਸ਼ੁਰੂ ਕੀਤਾ ਵੀ ਇਹ ਜਿਹੜੀ ਇੰਸ਼ੋਰੈਂਸ ਹੁੰਦੀ ਆ ਪਰ ਇੰਪਲਾਈ ਘੱਟੋ ਘੱਟ $1 ਮਿਲੀਅਨ ਦੀ ਹੁੰਦੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਜਿਹੜੇ ਇਨਫਰਾਸਟ੍ਰਕਚਰ ਡੀਲ ਦੀ ਗੱਲ ਕਰ ਰਹੇ ਸੀ ਹੁਣੇ ਹੁਣੇ ਕੁਛ ਮਿੰਟ ਪਹਿਲਾਂ ਹੀ, ਜਿਹੜੀ ਇਹ ਖਬਰ ਆ ਰਹੀ ਹੈ GOP ਦੇ ਜਿਹੜੇ ਨੈਗੋਸ਼ੀਏਟਰ ਆ ਉਹ ਕਹਿ ਰਹੇ ਆ ਵੀ ਉਹਨਾਂ ਦੇ ਇਸ ਐਗਰੀਮੈਂਟ ਦੇ ਵਿੱਚ ਉਹਨਾਂ ਨੂੰ ਮੇਜਰ ਇਸ਼ੂਜ਼ ਜਿਹੜੇ ਆ ਉਹ ਹੁਣ ਡੀਲ ਦੇ ਵਿੱਚ ਸਾਹਮਣੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਸੋ ਇਹ ਜਿਹੜੀ ਅਨਾਊਂਸਮੈਂਟ ਕਹਿੰਦੇ ਆ ਇਹਨਾਂ ਨੇ ਹੁਣ ਉਦੋਂ ਕੀਤੀ ਆ ਜਦੋਂ ਇਹਨਾਂ ਨੇ ਮਾਈਨੋਰਟੀ ਲੀਡਰ ਮਿਚ ਮਕੋਨਲ, ਜਿਹਦੀ ਬਾਂਹ ਜਿਹੜੀ ਟਰੰਪ ਹੁਣਾਂ ਨੇ ਮਰੋੜੀ ਆ ਅਤੇ ਗਾਂਹ ਮੈਨੂੰ ਲੱਗਦਾ ਇਹ ਇਹਨਾਂ ਦੀ ਬਾਂਹ ਜਿਹੜੀ ਮਰੋੜ ਰਹੇ ਆ ਵੀ ਆਪਾਂ ਕਿਸੇ ਤਰੀਕੇ ਦੇ ਨਾਲ ਇਨਫਰਾਸਟ੍ਰਕਚਰ ਡੀਲ ਜਿਹੜੀ ਆ ਉਹ ਨਹੀਂ ਬਣਾਉਣੀ ਹੈਗੀ। ਅਤੇ ਹੁਣ ਇੱਕ ਪਾਸੇ ਚੱਕ ਸ਼ੂਮਰ ਦਾ ਬਿਆਨ ਆ ਗਿਆ ਵੀ ਕੁਛ ਘੰਟਿਆਂ 'ਚ ਇਹ ਅੱਗੇ ਵੱਧ ਸਕਦਾ ਆ, ਅਤੇ ਹੁਣੇ ਇਹਨਾਂ ਨੂੰ ਜਿਹੜੇ ਆ ਕੁਛ ਇਸ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਹੁਣ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹ ਹੁਣ ਪੋਲੀਟੀਕਲ ਗੇਂਦ ਜਿਹੜੀ ਕਦੀ ਇਸ ਖੇਮੇ ਅਤੇ ਕਦੀ ਉਸ ਖੇਮੇ ਦੇ ਵਿੱਚ ਆਪਾਂ ਨੂੰ ਸਾਹਮਣੇ ਨਜ਼ਰ ਆ ਰਹੀ ਆ। ਅਤੇ ਫਿਰ ਜਦੋਂ ਬਾਅਦ ਦੇ ਵਿੱਚ ਡੈਮੋਕ੍ਰੇਟਸ ਨੇ ਰੀਕਨਸੀਲੀਏਸ਼ਨ ਦਾ ਲੈ ਕੇ ਕੀਤਾ ਤਾਂ ਫਿਰ ਸਾਰੇ ਪਾਸੇ ਵੀ ਜਿਹੜੀ ਉਹ ਦੁਹਾਈ ਜਿਹੜੀ ਉਹ ਪੈਣੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਨਫੈਕਟ ਮੈਨੂੰ ਲੱਗਦਾ ਅੱਜ ਜਿਹੜਾ ਕਾਫੀ ਇਸ ਦੇ ਵਿੱਚ ਘਮਾਸਾਨ ਜਿਹੜਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ।
जी परसों जिहड़ा है जर्मन दे विच एक बहुत वड्डा कैमिकल प्लांट जिहनूं अग लगी सी उहदे नाल काफ़ी नुकसान होया ते कल टैक्सस दे विच एक कैमिकल जिहड़ी फैक्टरी सीगी उत्थे लीक हो गया ते जिहदे नाल 2 जणिआं दी मौत हो गई ते 6 जणे जिहड़े फट्टड़ होए आ ते इस नूं मास कैजुअलिटी इंसीडेंट जिहड़ा कहा जा रिहा हैगा। हैरिस काउंटी फायर मार्शल जिहड़े उहनां ने इह अज अनाउंस कीता हैगा। जी, एक बार फिर हरजोत सिंह जी दसते जाइए भी जी कैलीफोर्निया दे विच कल गवर्नर न्यूसम आ उन्होंने जिहड़ा वो इत्थे फ्रेजनो काउंटी दे विच आ के मेडिकैल जिहड़ा आ उसनू 50 साल दी उम्र तो वध दे जिहड़े लोकां दे लई, चाहे वह अनडाकूमेंटेड भी हैगे आ, जिहड़े भी लो इनकम दे विच आउंदे आ उन्हां दे लई एक्सपेंड कर दिता हैगा आ। सो कहिंदे भी 2.5 लाख नवें जिहड़े लोग आ इस दे विच, इस दे दायरे दे विच हुण आ जाणगे। इत्थों दे जिहड़े मेयर जैरी डायर आ उन्हां ने भी कहा भी लोकां दी सेहत नूं मुख रखदे हुए जिहड़ा इह फैसला लिया गया आ। गैविन न्यूसम ने जिहड़ा इह ऐलान कीता आ भी जिहड़े लो इनकम दे लोग ने, जिहड़े ऑलरेडी जिहड़े मेडिकल दे लई एलिजिबल हुंदे आ सीनियर्स, उन्हां दे विच हुण इमीग्रेशन दे स्टेटस नूं जिहड़ा उह परे कर दिता गया है भी तुहाडा चाहे तुसीं लीगल आ, इनलीगल आ, अनडाकूमेंटेड आ, कोई उस दे विच फर्क जिहड़ा उह नहीं होएगा। 50 साल तो उत्ते घट इनकम वालियां दे लई इह मेडिकल आ उस दे दरवाजे इन्हां ने हुण खोल दिते हैगे आ, ते 2.5 लाख लोगों नूं कहिंदे आ भी इसका फायदा आ उह मिल सकदा आ। इस दी जी कुल लागत आने वाले सालों के 1.3 बिलियन डॉलर तक जिहड़ी उह बनेगी। जी बिल्कुल। सन 2019 दे विच कैलिफोर्निया पहली स्टेट बनी सी जिन्हां ने 26 साल 0 तो लैके 26 साल उम्र तक दे जिहड़े अनडाकूमेंटेड लोग सीगे उहनां नूं फ्री मेडिकल दी सहूलत दित्ती सी ते अज फिर कैलिफोर्निया पहली स्टेट बनी आ जिन्हां ने 50 साल तो उपर दे जिन्ने भी अनडाकूमेंटेड लोग हैगे उहनां नूं फ्री मेडिकल देण दी जिहड़ी सहूलत दित्ती हैगी। जी, ते हरजोत सिंह जी आपां जानदे हाँ भी राइट नाउ पंजाबी रेडियो USA दे फ्रेजनो स्टूडियो कॉम्पलैक्स दे विच पंजाबी कल्चरल सेंटर दे सहयोग दे नाल इस मौके जिहड़ा एक आर्ट कैंप ते आर्ट एग्जीबिशन चित्रकारी जिहड़ी नुमाइश आ उह चल रही हैगी आ, ते इस दे विच आपां जिहड़े पंजाब आर्ट गैलरी दे परम सिंह जिहड़े आर्टिस्ट हैगे ने, पेंटर आ, उन्हां दीआं जिहड़ियां पेंटिंग्स हैगियां आ उस दे बारे जिहड़ी आ उन्हां दी जिहड़ी आर्ट दी जिहड़ी एग्जीबिशन आ इस टाइम चल रही हैगी आ। सो अज अपने नाल उह जिहड़े स्टूडियो दे विच जुड़े हैगे आ, आपां उन्हां दे नाल जिहड़ी उह छोटी जिही जिहड़ी उह गल्लबात वी जिहड़ी उह करांगे, ते नाल ही एक वारी फिर अपने श्रोतियां नूं जिहड़ा उह दस्सदे जांदे हैगे आ भी ये जिहड़ी एग्जीबिशन आउंदे शनिचरवार तक ये सारयां दे लई ओपन आ, बिल्कुल मुफ्त दे विच तुसीं इस एग्जीबिशन दा आनंद जिहड़ा उह तुसीं माण सकदे हो। जिहड़े राइट नाउ 17वीं 18वीं सदी दे जिहड़े 18वीं सदी दे जिहड़े सिख इतिहास दे नाल जुड़ियां होईयां घटनावां आ उस दे विषय दे नूं लै के जिहड़ियां इहनां दीआं बहुत सारियां जिहड़ियां पेंटिंग्स आ उहनां दी नुमाइश जिहड़ी आ उह इस टाइम चल रही आ पंजाबी कल्चरल सेंटर दे मेन हॉल दे विच, जिस दा एड्रेस हैगा आ 2125 नॉर्थ बार्टन एवेन्यू फ्रेजनो, 2125 नॉर्थ बार्टन बी एज इन बॉय बार्टन एवेन्यू दे विच। ते आओ अपने नाल जिहड़े इस टाइम जुड़ चुके ने सरदार परम सिंह जी। परम सिंह जी, जी आयां नूं स्वागत है, वाहिगुरू जी का खालसा वाहिगुरू फतेह जी। जी सो परम सिंह जी, जे गलबात आपां जे करदे जाइए सो एक तां जरूर दसो भी अमेरिका दे विच पहले निजी तौर दे उत्ते परसनल लैवल दे उत्ते तुहाडी इकल्यां दी पहली एग्जीबिशन आ पहली एग्जीबिशन जी, सो जे तुसीं थोड़ा जिहा अपने बारे इस कला दे विच तुहाडा किद्दां जिहड़ा मन बणिआ, किस पासे कदों तुसीं इस खेतर दे विच आए पेंटिंग दे वाले पासे नूं? इहदे विच मेरा पिंड थोड़ा जिहा दूर है, मतलब शहरां तों जां होर इस तरहां दे माहौल तों, सो उत्थे कोई इस तरहां दा माहौल तां नहीं सीगा, पर साडे स्कूल दे विच इक टीचर सीगे उहनां ने शुरू करा दित्ता, इह सरबजीत सिंह उहनां दा नां सीगा जी, ते जिहड़े स्कूल दे विद्यक मुकाबले हुंदे आ उहनां 'च जाणा शुरू कर दित्ता मैं, ते फिर उत्थों बस चल पिया, फिर मैनूं आप नूं ही इहदे 'च बहुत ज़्यादा इंट्रस्ट बन गया। सो उदू बाद मास्टर्स करन तो बाद मैं चंडीगढ़ सिकंदर सिंह ने आर्टिस्ट उन्हां कोलों सिखदा सिख्या थोड़ा, ठीक है, ते फिर
ਇਹ ਜਿਹੜਾ ਹੈਗਾ ਇਹ ਜ਼ਿਆਦਾ ਪ੍ਰੈਕਟਿਸ ਬੇਸਡ ਹੀ ਹੈ। ਠੀਕ ਹੈ, ਜਦੋਂ ਤੁਹਾਨੂੰ ਇਹਦੇ ਬੇਸਿਕ ਸਮਝ ਲੱਗ ਗਏ ਫਿਰ ਤੁਸੀਂ ਜਿੰਨੀ ਉਹਦੀ ਪ੍ਰੈਕਟਿਸ ਕਰ ਲੈਂਦੇ ਉਹਦੇ ਨਾਲ ਇਹ ਤੁਹਾਡੇ ਹੋਰ ਉੱਪਰਦੀ ਜਾਂਦੀ ਹੈ, ਨਿਖਾਰ ਆਉਂਦਾ ਜਾਂਦਾ। ਸੋ ਉਹ ਮੈਨੂੰ ਪ੍ਰੈਕਟਿਸ ਦਾ ਸਮਾਂ ਮਿਲ ਗਿਆ ਕਾਫੀ ਜੀ, ਤੇ ਉਸ ਕਰਕੇ ਫਿਰ ਮੈਂ ਇਹਦੇ ਵਿੱਚ ਪੈ ਗਿਆ। ਠੀਕ ਹੈ, ਸੋ ਆਪਾਂ ਦੇਖਦੇ ਹਾਂ ਸਰਪੰਚ ਸਿੰਘ ਜੀ ਵੀ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਜਿਹੜੇ ਲੋਕ ਆ ਜਦੋਂ ਜਦੋਂ ਆਰਟ ਬਣਾਈ ਜਾਂਦੀ ਆ ਉਹ ਹੁੰਦੀ ਆ ਕ੍ਰੀਏਟੀਵਿਟੀ ਦੇ ਉੱਤੇ ਹੁੰਦਾ ਆ ਮਨ ਦੇ ਉੱਤੇ, ਤੁਸੀਂ ਕਿਤੇ ਨਾ ਕਿਤੇ ਜਿਹੜਾ ਸਿੱਖ ਇਤਿਹਾਸ ਦੇ ਜਿਹੜੇ ਉਸ ਸਮੇਂ ਨੂੰ ਜਿਹੜਾ ਦੌਰ ਨੂੰ ਚੁਣਿਆ, ਕੋਈ ਖਾਸ ਵਜ੍ਹਾ ਰਹੀ? ਹਾਂਜੀ, ਖਾਸ ਵਜ੍ਹਾ ਇਹ ਹੈ ਕਿ ਬੰਦੇ ਦਾ ਸੁਭਾਅ ਹੀ ਹੈ ਕਿ ਉਹਨੂੰ ਸਭ ਤੋਂ ਬਿਹਤਰ ਚੀਜ਼ ਹੀ ਚਾਹੀਦੀ ਹੁੰਦੀ ਹੈ। ਸੋ ਜਦੋਂ ਹੁਣ ਸਾਡੇ ਘਰ ਸਿੱਖੀ ਦਾ ਮਾਹੌਲ ਸੀਗਾ, ਗੁਰ ਇਤਿਹਾਸ ਸਿੱਖ ਇਤਿਹਾਸ ਉਹ ਸਾਰਾ ਕੁਛ ਸਾਨੂੰ ਘਰਦੇ ਦੱਸਦੇ ਪੜ੍ਹਾਉਂਦੇ ਰਹਿੰਦੇ ਸੀਗੇ। ਸੋ ਮੇਰੇ ਲਈ ਜੋ ਸੀਗਾ ਕਿ ਜਿਹੜੇ ਉਸ ਸਮੇਂ ਦੇ ਸਿੰਘ ਸੀਗੇ, ਜਿੱਦਾਂ ਉਹ ਜੀਵੇ, ਜਿੱਦਾਂ ਉਹ ਇਸ ਮਤਲਬ ਪੰਜਾਬ ਦੇ ਜਾਂ ਹੋਰ ਸਾਰੇ ਆਲੇ ਦੁਆਲੇ ਦੇ ਖਿੱਤੇ 'ਚ ਵਿਚਰੇ, ਉਹ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਸੀਗੀ। ਮਤਲਬ ਕਹਿ ਲਓ ਕਿ ਮੇਰੀ ਆਪਣੀ ਇੱਛਾ ਸੀਗੀ ਕਿ ਮੈਂ ਵੀ ਜੇ ਗੁਰੂ ਸਾਹਿਬ ਕਿਰਪਾ ਕਰਨ ਉੱਦਾਂ ਦਾ ਹੋਵਾਂ। ਸੋ ਉਸ ਇੱਛਾ ਦੇ ਵਿੱਚੋਂ ਉਹ ਜਿਹੜੀ ਸਾਰੀ ਸੀਗੀ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਜੋੜਨ ਦੀ ਇੱਛਾ 'ਚੋਂ ਫਿਰ ਮੈਂ ਉਹਦੇ ਉਸ ਵਿਸ਼ੇ ਨੂੰ ਲੈ ਕੇ ਪੇਂਟਿੰਗਾਂ ਬਣਾਉਣ ਲੱਗ ਗਿਆ। ਜੀ ਬਿਲਕੁਲ, ਅਤੇ ਪਰਮ ਸਿੰਘ ਜੀ ਕਾਫੀ ਪੇਂਟਿੰਗਸ ਬਣਾਈਆਂ ਆ ਆਪਾਂ ਐਗਜੀਬਿਸ਼ਨ ਦੇ ਵਿੱਚ, ਤਾਂ ਸਾਰੀਆਂ ਪੇਂਟਿੰਗਸ ਜਿਹੜੀਆਂ ਆ ਉਹ ਓਬਵੀਅਸਲੀ ਆਪਾਂ ਸਾਰੀਆਂ ਜਿਹੜੀਆਂ ਨਹੀਂ ਸ਼ੋਅ ਕਰ ਸਕਦੇ ਹੁੰਦੇ, ਕਈ ਵਾਰੀ ਥਾਂ ਦੀ ਕਹਿ ਲਓ ਜਾਂ ਹੋਰ ਲੋਜਿਸਟਿਕਸ ਆਪਾਂ ਲੈ ਲਓ ਦੇਖਦੇ ਹਾਂ। ਸੋ ਰਾਈਟ ਨਾਓ ਆਪਾਂ ਤਕਰੀਬਨ 20-21 ਪੇਂਟਿੰਗਸ ਜਿਹੜੀਆਂ ਇਸ ਐਗਜੀਬਿਸ਼ਨ ਦੇ ਵਿੱਚ ਜਿਹੜੀਆਂ ਉਹ ਲਿਆਂਦੀਆਂ ਆ, ਅਤੇ ਤੁਸੀਂ ਜਿਹੜਾ ਉਸਨੂੰ ਕਿਊਰੇਟ ਕੀਤਾ ਆ ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਵੀ ਸ਼ੁਰੂਆਤ ਤੋਂ ਲੈ ਕੇ ਕੀ ਤੱਕ ਕਿਸ ਤਰੀਕੇ ਦੇ ਨਾਲ ਹੈਗੀ, ਵੀ ਜਿਹੜਾ ਕੋਈ ਆ ਕੇ ਦੇਖ ਰਿਹਾ ਆ ਉਹ ਕਿਹੜੇ ਦੌਰ ਦੇ ਵਿੱਚੋਂ ਲੱਗ ਰਿਹਾ। ਉਹਦੇ ਵਿੱਚ ਆਪਾਂ ਮਤਲਬ 18ਵੀਂ ਸਦੀ ਜਦੋਂ 10ਵੇਂ ਪਾਤਸ਼ਾਹ ਆਪਣੇ ਜਿਹੜਾ ਮਨੁੱਖਾ ਦੇਹੀ ਰੂਪ ਆ ਉਹਦੇ ਵਿੱਚੋਂ ਚਲੇ ਗਏ ਜੀ, ਉਦੋਂ ਬਾਅਦ ਦੇ ਸਮੇਂ ਦਾ ਇਤਿਹਾਸ ਸੀ ਉਹਦੇ ਉੱਤੇ ਜ਼ਿਆਦਾ ਉਹ ਮੈਂ ਪੇਂਟਿੰਗਾਂ ਬਣਾਉਂਦਾ ਜੀ। ਉਹਦੇ 'ਤੇ ਜਿਹੜਾ ਸ਼ੁਰੂ ਕੀਤਾ ਹੋਇਆ ਕੰਮ ਕੁਛ ਇੱਕ ਹਿੱਸਾ ਰਹਿੰਦਾ ਹੈ, ਕੁਛ ਇੱਕ ਹੋ ਗਿਆ ਜਿੱਦਾਂ ਮਿਸਲਾਂ ਦਾ ਜਿਹੜਾ ਸਾਰਾ ਸੀਗਾ ਚੱਲਿਆ, ਮਿਸਲਾਂ ਕਿਸ ਤਰ੍ਹਾਂ ਵਿਚਰੀਆਂ ਉਹਦੇ ਬਾਰੇ ਪੇਂਟਿੰਗਾਂ ਨੇ। ਠੀਕ ਹੈ, ਅਤੇ ਕੁਛ ਇੱਕ ਪੇਂਟਿੰਗਾਂ ਉਦੋਂ ਪਹਿਲੇ ਸਮੇਂ ਦੀਆਂ ਵੀ ਹੈ, ਜਿੱਦਾਂ ਜਿਹੜਾ 1739 ਦਾ ਸਮਾਂ ਸੀਗਾ ਭਾਈ ਗਰਜਾ ਸਿੰਘ ਬੋਤਾ ਸਿੰਘ ਹੋਣਾ ਦਾ, ਅਤੇ ਉਦੋਂ ਬਾਅਦ ਫਿਰ ਜਦੋਂ ਸਰਦਾਰ ਜੱਸਾ ਸਿੰਘ ਹੋਣੀ ਸੁਲਤਾਨ ਉਲ ਕੌਮ ਬਣੇ, ਜਦੋਂ ਸਰਦਾਰ ਲਹਿਣਾ ਸਿੰਘ ਹੋਣੀ ਅਬਦਾਲੀ ਦੀ ਲਾਹੌਰ ਦੀ ਸੂਬੇਦਾਰੀ ਦੀ ਪੇਸ਼ਕਸ਼ ਠੁਕਰਾਈ, ਇਸ ਤਰ੍ਹਾਂ ਉਸ ਸਮੇਂ ਦੀਆਂ ਪੇਂਟਿੰਗਸ ਨੇ। ਉਦੋਂ ਇਲਾਵਾ ਜੋ ਸਾਡੀਆਂ ਸਿੱਖ ਮਾਨਤਾਵਾਂ ਹੈ, ਸਾਡੇ ਜਿਹੜੇ ਸਿੱਖ ਸਿੰਬਲ ਨੇ ਉਹਨਾਂ ਨਾਲ ਸੰਬੰਧਿਤ ਕੁਛ ਇੱਕ ਪੇਂਟਿੰਗਸ ਨੇ, ਅਤੇ ਉਦੋਂ ਇਲਾਵਾ ਜਿਹੜਾ ਸਾਡਾ ਕਹਿ ਲਓ ਕਿ ਆਮ ਜ਼ਿੰਦਗੀ ਚੱਲਦੀ ਹੈ ਘਰਾਂ ਪਰਿਵਾਰਾਂ ਦੇ ਵਿੱਚ, ਉਹਦੇ ਨਾਲ ਸੱਭਿਆਚਾਰਕ ਜਿਹੜੀ ਆ ਉਸ ਦੇ ਨਾਲ ਵੀ ਜਿਹੜੀਆਂ ਸੰਬੰਧਿਤ ਹੈਗੀਆਂ ਆ। ਸੋ ਬੀਬੀ ਦੀਪ ਕੌਰ ਉਹਨਾਂ ਦੀ, ਬੀਬੀ ਸਦਾ ਕੌਰ ਉਹਨਾਂ ਦੀਆਂ ਪੇਂਟਿੰਗ। ਸੋ ਇੱਕ ਚੀਜ਼ ਇਸ ਦੇ ਵਿੱਚ ਖਾਸ ਐਗਜੀਬਿਸ਼ਨ ਦੇ ਵਿੱਚ ਨਾਲ ਆਪਾਂ ਇਹ ਵੀ ਹੈਗੀ ਆ, ਪੇਂਟਿੰਗ ਨੂੰ ਐਕਸਪਲੇਨ ਕੀਤਾ ਗਿਆ ਕਿ ਇਸ ਦੇ ਪਿੱਛੇ ਮਕਸਦ ਸੀਗਾ, ਕੀ ਇਸ ਦੇ ਪਿੱਛੇ ਜਿਹੜਾ ਇਤਿਹਾਸ ਸੀਗਾ। ਸੋ ਅਸੀਂ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਵੀ ਜ਼ਰੂਰ ਤੁਸੀਂ ਇਸ ਪੇਂਟਿੰਗਸ ਦੀ ਜਿਹੜੀ ਐਗਜੀਬਿਸ਼ਨ ਆ ਉਸ ਨੂੰ ਆ ਕੇ ਵੱਧ ਤੋਂ ਵੱਧ ਤੁਸੀਂ ਦੇਖੋ, ਇਸ ਦਾ ਜਿਹੜਾ ਤੁਸੀਂ ਦੇਖੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕਿਸ ਤਰੀਕੇ ਦੇ, ਕਿਸ ਕਿਰਦਾਰ ਦੇ, ਕਿਸ ਇਤਿਹਾਸ ਦੇ ਨਾਲ ਜਿਹੜੇ ਉਹ ਆਪਾਂ ਜੁੜੇ ਹੋਏ ਹਾਂ। ਬੜਾ ਹੀ ਮਾਣ ਮੱਤਾ ਆਪਣਾ ਇਹ ਇਤਿਹਾਸ ਹੈਗਾ ਆ, ਇਸ ਧਰੋਹਰ ਨੂੰ ਆਪਾਂ ਜੇ ਸਾਂਭਾਂਗੇ ਤਾਂ ਹੀ ਜਿਹੜਾ ਉਹ ਵਧੀਆ ਜਿਹੜਾ ਉਹ ਰਹੇਗਾ। ਬਾਕੀ ਆਰਟ ਕੈਂਪ ਤੁਸੀਂ ਜਿਹੜਾ ਕਰ ਰਹੇ ਹਾਂ ਜਿਸ ਦੇ ਵਿੱਚ ਆਪਾਂ 8 ਤੋਂ 18 ਸਾਲ ਦੇ ਬੱਚਿਆਂ ਦੇ ਨਾਲ ਆ, ਕੀ ਇਹ ਵੀ ਤੁਹਾਡੇ ਲਈ ਇਹ ਪਹਿਲਾ ਐਕਸਪੀਰੀਅੰਸ ਹੈਗਾ ਵੀ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਕਰ ਰਹੇ ਹੋ? ਹਾਂਜੀ, ਇਹ ਬਿਲਕੁਲ ਪਹਿਲਾ ਐਕਸਪੀਰੀਅੰਸ ਹੈ। ਅਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਬੱਚਿਆਂ ਦੇ ਨਾਲ ਇੰਟਰੈਕਟ ਕਰਕੇ, ਕਿੱਦਾਂ ਦੀ ਫੀਲਿੰਗ ਹੈਗੀ ਇਸ? ਨਹੀਂ, ਬਹੁਤ ਵਧੀਆ, ਉਹ ਬਹੁਤ ਇੰਟਰਸਟ ਨਾਲ ਕਰਦੇ ਆ। ਈਵਨ ਕੁਛ ਜਿਹੜੀਆਂ ਕ੍ਰਾਫਟ ਦੀਆਂ ਚੀਜ਼ਾਂ ਹੁੰਦੀਆਂ ਅਤੇ ਉਹ ਔਖੀਆਂ ਹੁੰਦੀਆਂ। ਮੈਨੂੰ ਸੀਗਾ ਕਿ ਛੋਟੇ ਆ ਇਹਨਾਂ ਨੂੰ ਇਹਦੇ 'ਚ ਮਤਲਬ ਕੋਈ ਰਸ ਨਹੀਂ ਹੋਣਾ, ਬਹੁਤ ਬੇਰਸੀ ਵਾਲਾ ਕੰਮ ਹੋਊਗਾ, ਪਰ ਉਹਨਾਂ ਨੇ ਇੰਨੇ ਇੰਟਰਸਟ ਨਾਲ ਕੀਤਾ ਜਿਨ੍ਹਾਂ ਤੋਂ ਉਹ ਜੇ ਮਤਲਬ ਨਹੀਂ ਪੂਰਾ ਹੋਇਆ ਇੱਥੇ ਕਲਾਸ ਦੇ ਵਿੱਚ ਘਰੇ ਲੈ ਗਿਆ, ਘਰੋਂ ਪੂਰਾ ਕਰਕੇ ਲੈ ਕੇ ਆਏ। ਸੋ ਬਹੁਤ ਜ਼ਿਆਦਾ ਇੰਟਰਸਟ ਨਾਲ, ਬਹੁਤ ਬਹੁਤ ਸੀਰੀਅਸਲੀ ਉਹਨੂੰ ਕਰ ਰਹੇ ਆ, ਬਹੁਤ ਸਾਰਾ ਕੁਛ ਧਿਆਨ ਦੇ ਰਹੇ। ਜੀ ਪਰਮ ਸਿੰਘ ਜੀ, ਬਹੁਤ ਵਾਰ ਆਪਾਂ ਪੇਂਟਿੰਗਸ ਦੇਖਦੇ ਹਾਂ ਹੋਰ ਵੀ ਪੇਂਟਰਸ ਜਾਂ ਆਰਟਿਸਟ ਹੁੰਦੇ ਆ, ਪਰ ਮੈਂ ਪਹਿਲੀ ਵਾਰੀ ਦੇਖਿਆ ਜਿਹੜੀ ਉਹਨਾਂ ਦੇ ਨਾਲ ਉਹਨਾਂ ਦੀ ਵਿਆਖਿਆ ਆ, ਉਹਨਾਂ ਦੀ ਵਰਡਿੰਗ ਯੂਜ਼ ਕੀਤੀ ਆ ਵੀ ਆਹ ਇਸ ਪੇਂਟਿੰਗ ਦਾ ਆਹ ਮਤਲਬ ਆ, ਉਹ ਤੁਸੀਂ ਖੁਦ ਲਿਖੀ ਆ ਜਾਂ ਹੋਰਨਾਂ ਦੀ ਵੀ ਨਾਲ ਹੈਲਪ ਲੈਂਦੇ ਹੈਗੇ ਆ?
ਮੈਨੂੰ ਇੱਥੇ ਥੋੜ੍ਹੀ ਘੱਟ ਵਾ ਜੀ। ਸਮਝ ਜ਼ਿਆਦਾ ਹਾਂਜੀ, ਉਹਨਾਂ ਪੁੱਛ ਰਹੇ ਸੀਗੇ ਵੀ ਜਿਸ ਤਰੀਕੇ ਦੇ ਨਾਲ ਜਿਹੜੀ ਐਕਸਪਲੇਨੇਸ਼ਨ ਨਾਲ ਨਾਲ ਲਿਖੀ ਆ, ਉਹ ਤੁਸੀਂ ਆਪ ਖੁਦ ਲਿਖਦੇ ਹੋ ਜਾਂ ਕਿਸੇ ਹੋਰ ਦੀ ਵੀ ਮਦਦ ਦੇ ਨਾਲ ਉਹ ਜਿਹੜਾ ਐਕਸਪਲੇਨ ਕੀਤੀਆਂ ਗਈਆਂ ਪੇਂਟਿੰਗਸ? ਉਹ ਲਿਖੀਆਂ ਮੈਂ ਆਪ ਹੀ ਨੇ, ਪਰ ਉਹ ਜਿਹੜੇ ਜਿੱਦਾਂ ਸਾਡੀਆਂ ਆਪਣੀਆਂ ਪੁਰਾਣੀਆਂ ਇਤਿਹਾਸ ਦੀਆਂ ਕਿਤਾਬਾਂ ਨੇ, ਪੁਰਾਣੀਆਂ ਜਾਂ ਨਵੀਆਂ ਵੀ, ਜਿੱਦਾਂ ਜੀ ਸਭ ਤੋਂ ਜਿਹੜਾ ਸਾਡਾ ਮੁੱਢਲਾ ਸਰੋਤ ਹੈ ਉਹ ਪੰਥ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਵੀ ਜਿਹਨੂੰ ਕਹਿੰਦੇ। ਉਹਦੋਂ ਇਲਾਵਾ ਪ੍ਰਿੰਸੀਪਲ ਸਵਰਨ ਸਿੰਘ ਹੁਣੀ, ਹੁਣ ਰੀਸੈਂਟਲੀ ਦੋ ਕਿਤਾਬਾਂ ਲਿਖੀਆਂ ਉਸ 18ਵੀਂ ਸਦੀ ਦੇ ਇਤਿਹਾਸ 'ਤੇ, ਹਰੀ ਰਾਮ ਗੁਪਤਾ ਹੁਣੀ ਪੂਰਾ ਲਿਖਿਆ ਹੋਇਆ ਵਾਵਾ ਡਿਟੇਲ ਦੇ ਵਿੱਚ। ਸੋ ਉੱਥੋਂ ਹਵਾਲੇ ਲੈ ਕੇ ਅਤੇ ਜੋ ਵੀ ਦ੍ਰਿਸ਼ ਹੈ, ਕਿਉਂਕਿ ਪਹਿਲਾਂ ਉਹਦੇ ਬਾਰੇ ਸਪਸ਼ਟਤਾ ਹੋਣੀ ਜ਼ਰੂਰੀ ਹੈ। ਸੋ ਜਦੋਂ ਉਹ ਸਾਰੇ ਇਹਨਾਂ ਨੂੰ ਪੜ੍ਹਨ ਤੋਂ ਬਾਅਦ ਉਸ ਗੱਲ ਬਾਰੇ ਸਪਸ਼ਟਤਾ ਬਣ ਜਾਂਦੀ ਹੈ ਕੀ ਹੋਇਆ, ਕਿੱਦਾਂ ਹੋਇਆ, ਕੀ ਕੁਛ ਉਹਦੇ ਵਿੱਚ ਹੈ। ਸੋ ਉਹਨੂੰ ਲੈ ਕੇ ਜਦੋਂ ਬਣਾ ਲਈ ਤਾਂ ਫਿਰ ਆਪਣੇ ਸ਼ਬਦਾਂ ਨਾਲ ਮੈਂ ਉਸ ਜਿਹੜੀ ਉਹ ਘਟਨਾ ਹੁੰਦੀ ਉਹਨੂੰ ਲਿਖ ਲੈਂਦਾ। ਜੀ 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 ਇੱਕ ਹੋਰ ਮੈਂ ਪੁੱਛਣਾ ਵੀ, ਕੈਨੇਡਾ 'ਚ ਪਤਾ ਲੱਗਿਆ ਵੀ ਤੁਸੀਂ ਕਈ ਗੁਰੂ ਘਰਾਂ 'ਚ ਮੋਰਲ ਵਗੈਰਾ ਵੀ ਬਣਾਏ ਆ। ਹਾਂਜੀ, ਪੁੱਛ ਰਹੇ ਸੀ ਵੀ ਤੁਸੀਂ ਹੋਰ ਵੀ ਥਾਵਾਂ ਦੇ ਉੱਤੇ ਜਿੱਦਾਂ ਮਿਊਰਲਸ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ, ਉੱਥੇ ਵੀ ਤੁਹਾਡੇ ਉਹ ਹੈਗੀ ਹੈ ਕਲਾ ਦਾ? ਹਾਂਜੀ, ਮਿਊਰਲ ਮੈਂ ਬਣਾਏ ਪਹਿਲਾਂ ਸਕੂਲ ਵਿੱਚ ਵੀ ਬਣਾਏ ਸੀਗੇ, ਠੀਕ ਤੇ ਹੈ, ਗੁਰਦੁਆਰਾ ਸਾਹਿਬ ਵੀ ਬਣਾਏ ਸੀਗੇ ਹੁਣ ਤੋਂ ਪਹਿਲਾਂ, ਉਹ ਕੈਨੇਡਾ 'ਚ ਬਣਾਏ ਸੀਗੇ। ਉਹ ਕੈਨੇਡਾ ਦੇ ਵਿੱਚ ਕਿਹੜੇ ਗੁਰੂ ਘਰ ਦੇ ਵਿੱਚ ਉਹ ਹੈਗੇ ਆ? ਸਰੀ ਦਸ਼ਮੇਸ਼ ਦੁਆਰ ਗੁਰਦੁਆਰਾ ਸਾਹਿਬ ਬਣਾਏ ਸੀਗੇ। ਤੇ ਉਹ ਕਾਹਦਾ ਮਿਊਰਲ ਬਣਾਇਆ ਸੀ ਤੁਸੀਂ? ਉਹ ਦਰਬਾਰ ਸਾਹਿਬ ਦਾ ਮਿਊਰਲ ਸੀਗਾ। ਠੀਕ ਹੈ ਠੀਕ ਹੈ, ਉਹਨਾਂ ਦਾ ਉਹ ਜਿਹੜਾ ਉਹ ਪੂਰਾ ਹੈਗਾ ਆ। ਸੋ ਤੁਹਾਨੂੰ ਹੋਰ ਕਿਹੜੀ ਚੀਜ਼ ਹੈ ਜਿਹੜੇ ਬਾਕੀ ਪੇਂਟਰ ਦਾ ਐਜ਼ ਏ ਆਰਟ ਤੁਸੀਂ ਖੁਦ ਕਰਦੇ ਹੋ, ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਆ, ਜੋ ਤੁਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆ, ਜੋ ਦੇਖਦੇ ਆ, ਫਿਰ ਤੁਸੀਂ ਉਸਦਾ ਚਿਤਰਨ ਕਰਦੇ ਆ ਉਸ ਦੇ ਹਿਸਾਬ ਦੇ ਨਾਲ, ਤੁਹਾਨੂੰ ਤੁਹਾਡੇ ਸਾਹਮਣੇ ਹੋਰ ਕਿਹੜੇ ਜਿਹੜੇ ਪੇਂਟਰ ਦਾ ਜਿਨ੍ਹਾਂ ਨੂੰ ਤੁਸੀਂ ਜਿੱਦਾਂ ਆਦਰਸ਼ ਮੰਨਦੇ ਹੋ ਜਾਂ ਜਿਨ੍ਹਾਂ ਦੀਆਂ ਪੇਂਟਿੰਗਸ ਦੇ ਤੁਸੀਂ ਜਿਹੜਾ ਕਹਿ ਲਓ ਵੀ ਕਲਾ ਦੇ ਤੁਸੀਂ ਕਾਇਲ ਹੈਗੇ ਆ? ਜਿਹੜਾ ਤਾਂ ਸਿੱਖ ਕਲਾ ਦੀ ਗੱਲ ਹੈ, ਸਿੱਖ ਪੇਂਟਿੰਗਸ ਨੇ, ਉਹਦੇ ਵਿੱਚ ਤਾਂ ਸਰਦਾਰ ਕਿਰਪਾਲ ਸਿੰਘ ਹੁਣਾਂ ਦੀਆਂ ਪੇਂਟਿੰਗਸ ਜਿਹੜੀਆਂ ਉਹ ਮੈਨੂੰ ਸਭ ਤੋਂ ਜ਼ਿਆਦਾ ਚੰਗੀਆਂ ਲੱਗਦੀਆਂ। ਠੀਕ ਹੈ। ਉਹਦੋਂ ਇਲਾਵਾ ਹੋਰ ਮਤਲਬ ਸਾਰੀ ਜੇ ਆਪਾਂ ਬਾਕੀ ਦੇਖੀਏ ਪੰਜਾਬ ਤੋਂ ਬਾਹਰ ਦੇ ਆਰਟਿਸਟ ਨੇ, ਉਹਨਾਂ 'ਚ ਮਾਈਕਲ ਐਂਜਲੋ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ, ਜੀ, ਅਤੇ ਰੈਂਬਰਾਂ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ, ਰੈਪਿਨਸ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ। ਜਿਹੜੇ ਹੁਣ ਦੇ ਵੀ ਇੱਕ ਪਿੱਛੇ ਜੇ ਇੱਥੇ ਅਮੈਰੀਕਾ ਦੇ ਵਿੱਚ ਹੀ ਆਰਟਿਸਟ ਸੀਗੇ ਰਿਚਰਡ ਸ਼ਮਿਡ, ਉਹਨਾਂ ਦੀਆਂ ਪੇਂਟਿੰਗਸ ਬਹੁਤ ਚੰਗੀਆਂ ਨੇ, ਅਤੇ ਮਤਲਬ ਕ੍ਰਾਫਟ ਦੇ ਪੱਖੋਂ ਉਹ ਬਹੁਤ ਜ਼ਿਆਦਾ ਮਾਸਟਰ ਬੰਦੇ ਸੀਗੇ। ਸੋ ਪਰ ਇਤਿਹਾਸ ਜਿਹੜਾ ਸਾਡਾ ਇਤਿਹਾਸ ਹੈ ਉਹਨੂੰ ਸਰਦਾਰ ਕਿਰਪਾਲ ਸਿੰਘ ਹੁਣੀ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਚਿਤਰਿਆ ਹੈਗਾ। ਜੀ ਜੀ, ਅਤੇ ਤੁਹਾਡੇ ਕੋਈ ਓਬਵੀਅਸਲੀ ਤੁਸੀਂ ਕੰਮ ਕਰ ਰਹੇ ਹੋਵੋਗੇ, ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਤੁਹਾਡੇ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੋਣਗੇ, ਤੁਹਾਡੇ ਮਨ ਦੀ ਕੋਈ ਇੱਛਾ ਜਿਹੜੀ ਇੱਦਾਂ ਦੀ ਹੈਗੀ ਵੀ ਮੈਂ ਆਹ ਚੀਜ਼ ਦਾ ਸਪੈਸੀਫਿਕਲੀ ਜਿਹੜਾ ਉਹ ਚਿਤਰਨ ਕਰਨਾ ਹੀ ਚਾਹੁੰਦਾ ਹੀ ਚਾਹੁੰਦਾ ਆ? ਉਹ ਮੇਰੀ ਇੱਛਾ ਹੈਗੀ ਹੈ ਕਿ ਪੰਥ ਪ੍ਰਕਾਸ਼ ਦੇ ਜੋ ਕਹਿ ਲਓ ਜੇ ਮਤਲਬ ਜੇ ਮੈਂ ਸਾਰੀ ਗੱਲ ਨੂੰ, ਸਾਰੀ ਜਿਹੜਾ ਸਾਡਾ ਇਤਿਹਾਸ ਹੈ ਇਲਸਟ੍ਰੇਟ ਕਰ ਸਕਾਂ ਤਾਂ ਉਹ ਮੇਰੀ ਇੱਛਾ। ਜੀ ਨਹੀਂ, ਚਲੋ ਜੀ, ਬਹੁਤ ਵਧੀਆ, ਬਹੁਤ ਵਧੀਆ ਤੁਹਾਡਾ ਇਹ ਉਪਰਾਲਾ ਆ। ਸੋ ਸਰੋਤੇ, ਜ਼ਰੂਰ ਆ ਕੇ ਦੇਖੋ, ਬੜੇ ਡਾਊਨ ਟੂ ਅਰਥ, ਬੜੇ ਹੀ ਹੰਬਲ ਜਿਹੜੇ ਇਹ ਆਰਟਿਸਟ ਹੈਗੇ ਨੇ ਸਰਦਾਰ ਪਰਮ ਸਿੰਘ। ਤੁਸੀਂ ਜਦੋਂ ਇਹਨਾਂ ਦੇ ਨਾਲ ਗੱਲ ਕਰਦੇ, ਬਹੁਤ ਹੀ ਵਧੀਆ ਸਚੇਜੇ ਢੰਗ ਦੇ ਨਾਲ ਤੁਹਾਨੂੰ ਇਹ ਜਿਹੜੀਆਂ ਪੇਂਟਿੰਗ ਸਾਹਮਣੇ ਇਹਨਾਂ ਨੇ ਐਗਜੀਬਿਸ਼ਨ ਚਲਾਈਆਂ ਆ, ਉਹਨਾਂ ਨੂੰ ਐਕਸਪਲੇਨ ਵੀ ਕਰਦੇ ਆ, ਖੁਦ ਉਹਨਾਂ ਨੇ ਆਲਰੇਡੀ ਪਹਿਲਾਂ ਲਿਖ ਕੇ ਵੀ ਜਿਹੜੀਆਂ ਉਸ ਦੀ ਐਕਸਪਲੇਨੇਸ਼ਨ ਜਿਹੜੀ ਉਹ ਲਿਖੀ ਹੈਗੀ ਆ। ਸੋ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਇਹ ਐਗਜੀਬਿਸ਼ਨ ਨਹੀਂ ਦੇਖੀ, ਅਸੀਂ ਬੇਨਤੀ ਕਰਦੇ ਹਾਂ ਵੀ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਦੇ ਨਾਲ ਜਿਹੜਾ ਉਹ ਆ ਕੇ ਇਹਨਾਂ ਨੂੰ ਦੇਖੋ। ਬਹੁਤ ਸਾਰਾ ਜਿਹੜਾ ਇਤਿਹਾਸ ਜਿਹੜੇ ਜਾਣਦੇ ਵੀ ਆ ਆਪਾਂ, ਕਈ ਵਾਰੀ ਉੱਤੋਂ ਉੱਤੋਂ ਜਾਣਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਕਿਤਾਬਾਂ ਦੇ ਵਿੱਚ ਰਹਿ ਜਾਂਦੀਆਂ, ਪਰ ਜਦੋਂ ਇੱਦਾਂ ਦੇ ਪੇਂਟਰਸ ਉਹ ਸਪੈਸ਼ਲ ਜਿਹੜੀਆਂ ਇਵੈਂਟਸ ਹੁੰਦੀਆਂ ਆ, ਘਟਨਾਵਾਂ ਹੁੰਦੀਆਂ ਆ, ਉਹਨਾਂ ਨੂੰ ਦਰਸਾਉਂਦੇ ਆ, ਅਤੇ ਉਹ ਉਹਨਾਂ ਦੀ ਜਿਹੜੀ ਮਹੱਤਤਾ ਆ ਬਹੁਤ ਜ਼ਿਆਦਾ ਜਿਹੜੀ ਹੋਰ ਵੱਧ ਜਾਂਦੀ ਆ ਵੀ ਕਿਉਂ ਇੱਦਾਂ ਕੀਤਾ ਗਿਆ, ਕਿਉਂ ਉਸ ਟਾਈਮ ਦੇ ਉੱਤੇ ਇਹ ਘਟਨਾ ਜਿਹੜੀ ਇੰਨੀ ਜ਼ਿਆਦਾ ਜਿਹੜੀ ਆ ਉਹ ਮਹੱਤਤਾ ਜਿਹੜੀ ਉਹ ਰੱਖਦੀ ਸੀਗੀ। ਖੁਦ ਵੀ ਜਿਹੜੇ ਇਸ ਦੇ ਬਾਰੇ ਆਪਾਂ ਨਵਾਂ ਬਹੁਤ ਕੁਛ ਜਿਹੜੇ ਇਤਿਹਾਸ ਦੇ ਵਿੱਚੋਂ ਜਾਣਿਆ ਆ, ਅਤੇ ਤੁਸੀਂ ਵੀ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਜਿਹੜਾ ਉਹ ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਜਦੋਂ ਆਪਾਂ ਐਗਜੀਬਿਸ਼ਨ ਸ਼ੁਰੂ ਕੀਤੀ ਆ, ਬਹੁਤ ਸਾਰੇ ਮਾਪੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਆਉਂਦੇ ਆ, ਬੱਚੇ ਸਵਾਲ ਕਰ ਰਹੇ ਆ, ਅਤੇ ਫਿਰ ਮਾਪੇ ਜਿਹੜੇ ਆ ਉਹਨਾਂ ਦੇ ਉਹ ਤੁਹਾਨੂੰ ਪੜ੍ਹ ਕੇ ਉਹਨਾਂ ਨੂੰ ਐਕਸਪਲੇਨ ਕਰ ਰਹੇ ਆ ਵੀ ਉਸ ਪੇਂਟਿੰਗ ਦੇ ਵਿੱਚ ਕੀ ਹੋ ਰਿਹਾ। ਸੋ ਇਹ ਜਿਹੜਾ ਮਕਸਦ ਹੈਗਾ ਆ ਵੀ ਜਿਹੜੇ 18ਵੀਂ ਸਦੀ ਦਾ ਇਤਿਹਾਸ ਆ ਉਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਦਿੱਤੀ ਜਾਵੇ, ਸੋ ਉਹ ਉਹ ਉਸ ਦੇ ਲਈ ਜਿਹੜੇ ਇਹ ਵਿਸ਼ੇਸ਼ ਤੌਰ ਦੇ ਉੱਤੇ ਐਗਜੀਬਿਸ਼ਨ ਹੈਗੀ ਆ, ਅਤੇ ਆਪਾਂ ਉਸ ਦੇ ਵਿੱਚ ਪੂਰਾ ਕਰ ਰਹੇ ਹਾਂ। ਸੋ ਇਹ ਸਾਨੂੰ ਇਸ ਚੀਜ਼ ਦੇ ਵਿੱਚ ਬਹੁਤ ਖੁਸ਼ੀ ਹੈ, ਅਤੇ ਅਜੇ ਵੀ ਜਿਹੜੇ ਰਹਿ ਗਏ ਨੇ ਉਹ ਜ਼ਰੂਰ ਆ ਕੇ ਜਿਹੜਾ ਪੰਜਾਬੀ ਕਲਚਰਲ ਸੈਂਟਰ, ਪੰਜਾਬੀ ਰੇਡੀਓ USA ਦਾ ਸਟੂਡੀਓ ਫਰੈਜ਼ਨੋ ਦੇ ਵਿੱਚ ਹੈਗਾ ਆ, ਉਸ ਦੇ ਕੰਪਲੈਕਸ ਦੇ ਵਿੱਚ ਆ ਕੇ ਐਗਜੀਬਿਸ਼ਨਸ ਨੂੰ ਦੇਖ ਸਕਦੇ ਆ। ਐਡਰੈਸ ਆ 2125 ਨੌਰਥ ਬਾਰਟਨ ਐਵੀਨਿਊ, ਬੀ ਐਜ਼ ਇਨ ਬੋਏ,
फ्रेजनो दे विच अपने गूगल दे विच आइदर पंजाबी रेडियो यूएसए फ्रेजनो पा लियो, उत्थे मैप दे विच जिहड़ी इसकी लोकेशन आ जाऊगी ते तुसी फिर जिहड़े इत्थे आके देख सकदे आ। ते अगला एक क्वेश्चन मेरा जरूर सी राजकमवीर सिंह जी, परम सिंह उन्होंने भी बहुत बार आपां अकाल तख्त साहब दा देखदे आ पेंटिंग जां पिक्चर्स हुंदियां जदों उत्थे दी जालम सरकार ने हमला किया सी, पर मैं इन्हां दी पेंटिंग देखी है उहदे विच बहुत पॉजिटिव मैसेज दिता गया है, वह जरूर आपां इन्हां तों सुनना है उहदे बारे जी। जिहड़ा 1984 दे जिहड़ा घल्लूघारा जिहड़ा वापरिया सीगा, आपां देखदे हां भी बहुत सारियां इलस्ट्रेशन उस दे विच विक्टिमाइज जिहड़ा अपने आप नूं जिहड़ा सिख जिहड़ा उह दिखाया जांदा जां जिदां पेश कीता जांदा आ। ਤੁਹਾਡੀ ਇਹ ਪੇਂਟਿੰਗ ਥੋੜ੍ਹੀ ਬਾਕੀਆਂ ਨਾਲੋਂ ਵੱਖਰੀ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਦੇ ਵਿੱਚ ਆ, ਉਹਦਾ ਪਿੱਛੇ ਕੀ ਕਾਰਨ ਸੀਗਾ? ਉਹਦੇ ਪਿੱਛੇ ਇਹੀ ਗੱਲ ਹੀ ਸੀਗੀ ਕਿ ਜਦੋਂ ਮਤਲਬ ਉਹ ਮੈਂ ਤਾਂ ਪਿਛਲੇ ਸਾਲ ਬਣਾਈ ਸੀ ਜੀ, ਅਤੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰ ਰਿਹਾ ਸੀਗਾ ਕਿ ਸਾਡੇ ਨਾਲ ਧੱਕਾ ਹੋ ਗਿਆ, ਜ਼ੁਲਮ ਹੋ ਗਿਆ ਅਤੇ ਬੇਇਨਸਾਫੀ। ਸੋ ਮੈਨੂੰ ਲੱਗਿਆ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ, ਉਹ ਇਸ ਤਰ੍ਹਾਂ ਮਿਹਨਤਾਂ ਤਰਲੇ ਕਰਨੇ ਵਾਲਾ ਨਹੀਂ ਹੈ, ਫਿਰ ਸੋ ਅਸੀਂ ਇਨਸਾਫ਼ ਕਰਨੇ ਵਾਲੇ ਹਾਂ, ਇਸ ਇਨਸਾਫ਼ ਲਈ ਆਪਾਂ ਇੱਦਾਂ ਲੇਲੜੀਆਂ ਕੱਢਣ ਵਾਲਿਆਂ 'ਚ ਨਹੀਂ ਹੈਗੇ। ਸੋ ਜਿਹੜੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਜਿਹੜਾ ਕੀਤਾ ਦਿੱਲੀ ਤਖ਼ਤ ਵਾਲਿਆਂ ਨੇ, ਉਹ ਜਿੱਦਾਂ ਆਪਾਂ ਪਹਿਲਾਂ ਜੰਗਾਂ ਯੁੱਧਾਂ 'ਚ ਰਹੇ ਹਾਂ ਪਹਿਲੇ ਸਮੇਂ ਦੇ ਵਿੱਚ, ਉਦੋਂ ਵੀ ਇਹ ਜਿਹੜੇ ਦੁਨਿਆਵੀ ਤਖ਼ਤ ਨੇ ਇਹ ਆਪਣੇ ਆਪ ਨੂੰ ਬਹੁਤੇ ਜ਼ੋਰ ਸਮਝ ਕੇ ਇੱਦਾਂ ਦੇ ਐਫਰਟ ਕਰਦੇ ਰਹੇ ਹੈ, ਅਤੇ ਉਸੇ ਹੀ ਲੜੀ ਦੇ ਵਿੱਚ ਇਹ ਜੰਗ ਸੀਗੀ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੰਘਾਂ ਨੇ ਪੂਰੀ ਚੜ੍ਹਦੀ ਕਲਾ ਨਾਲ ਉਹ ਲੜੀ ਹੈ। ਬਾਕੀ ਇਹਦੇ ਨਾਲ ਇੱਕ ਜਿਹੜੀ ਉਹ ਘਟਨਾ ਮੈਨੂੰ ਯਾਦ ਆ ਗਈ ਜਿਹੜੀ ਉਦੋਂ ਜਿਹੜੀ ਮੈਂ ਨਾਲ ਲਿਖੀ ਸੀ ਕਿ ਇਹ ਸਿੰਘਾਂ ਬਾਰੇ ਮਸ਼ਹੂਰ ਸੀਗਾ ਵੀ ਜਦੋਂ ਤਾਂ ਇਹਨਾਂ ਦਾ ਘੋੜਾ ਚੜ੍ਹਾਈ ਕਰ ਜਾਂਦਾ ਤਾਂ ਇਹ ਮਤਲਬ ਇਹਨਾਂ ਨੂੰ ਔਖਾ ਲੱਗਦਾ ਬੜਾ ਬਹੁਤ, ਪਰ ਜਦੋਂ ਨਾਲ ਦਾ ਕੋਈ ਸਿੰਘ ਚੜ੍ਹਾਈ ਕਰ ਜਾਂਦਾ ਤਾਂ ਇਹ ਜਕਾਰੇ ਛੱਡਦੇ ਆ। ਸੋ ਇਹ ਉਹ ਜਿਹੜੇ ਦਿਨ ਹੁੰਦੇ ਆ ਅਸਲ 'ਚ ਉਹ ਜਕਾਰੇ ਗਜਾਣ ਦੇ ਦਿਨ ਹੁੰਦੇ ਆ ਕਿ ਗੁਰੂ ਸਾਹਿਬ ਨੇ ਸ਼ਹਾਦਤਾਂ ਬਖਸ਼ੀਆਂ, ਗੁਰੂ ਸਾਹਿਬ ਨੇ ਚੜ੍ਹਦੀ ਕਲਾ ਨਾਲ ਜੰਗ ਉਹ ਜਿਹੜੀ ਚੱਲੀ ਆ ਉਹਨੂੰ ਲੜਨ ਦੀ ਸਮਰੱਥਾ ਗੁਰੂ ਸਾਹਿਬ ਨੇ ਬਖਸ਼ੀ ਅਤੇ ਸਿੰਘਾਂ ਨੇ ਉਹ ਜੰਗ ਪੂਰੇ ਜ਼ੋਰ ਸ਼ੋਰ ਨਾਲ ਲੜੀ, ਅਤੇ ਆਪਣੀ ਜੋ ਸਾਡੀ ਜਿਹੜੀ ਉਹ ਸੱਚ ਦੀ ਲੜਾਈ ਆ ਉਹ ਸੱਚ ਨੂੰ ਬੁਲੰਦ ਕਰਨ ਲਈ ਉਹਨਾਂ ਨੇ ਜਾਨਾਂ ਦੇ ਦਿੱਤੀਆਂ ਪਰ ਉਹ ਗੱਲ ਨਹੀਂ ਛੱਡੀ। ਸੋ ਇਹ ਉਹ ਮਤਲਬ ਚੜ੍ਹਦੀ ਕਲਾ ਦੀ ਹੀ ਗੱਲ ਹੈ, ਉਹ ਕੋਈ ਇਸ ਤਰ੍ਹਾਂ ਉਹਦੇ ਲਈ ਉਦਾਸ ਹੋਣਾ ਜਾਂ ਉਹਦੇ ਲਈ ਮਤਲਬ ਇਨਸਾਫ਼ ਲਈ ਮੰਗਣਾ ਉਹ ਆਪਣਾ ਨਹੀਂ ਕੰਮ ਹੈ। ਗੁਰੂ ਸਾਹਿਬ ਨੇ ਜਿੰਨੀ ਬਖਸ਼ਿਸ਼ ਕੀਤੀ ਬਾਅਦ ਵਿੱਚ ਵੀ ਸਿੰਘਾਂ ਨੇ ਇਨਸਾਫ਼ ਕੀਤਾ, ਸਾਰਾ ਕੁਛ ਬਰਾਬਰ ਕਰ ਲਿਆ, ਜਿਹੜਾ ਰਹਿ ਗਿਆ ਉਹਦੀ ਅਕਾਲ ਪੁਰਖ ਦੀ ਮੌਜ ਹੈ ਅਤੇ ਗਾਂਹ ਨੂੰ ਵੀ ਸਿੰਘ ਕਰਦੇ ਰਹਿਣਗੇ। ਉਹ ਨਹੀਂ ਜੀ ਜੀ ਅਤੇ ਬਿਲਕੁਲ ਜੀ ਬਹੁਤ ਵਧੀਆ। ਦੇਖੋ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਜਿਹੜਾ ਆਪਣੇ ਸਾਰਿਆਂ ਦੇ ਲਈ ਜਿਹੜਾ ਉਹ ਹੈਗਾ ਆ, ਅਤੇ ਆ ਕੇ ਜ਼ਰੂਰ ਇਸ ਐਗਜੀਬਿਸ਼ਨ ਨੂੰ ਦੇਖੋ, ਪਰਿਵਾਰਾਂ ਸਮੇਤ ਆ ਕੇ ਜਿਹੜਾ ਉਹ ਦੇਖੋ। ਆਰਟਿਸਟ ਦਾ ਕੰਮ ਹੁੰਦਾ, ਉਹਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚਿੱਤਰ ਜਿਹੜੇ ਉਹ ਤਿਆਰ ਕਰ ਦੇਣੇ ਹੁੰਦੇ, ਪੇਂਟਿੰਗਸ ਤਿਆਰ ਕਰ ਦੇਣੀਆਂ, ਤੁਹਾਡੇ ਲਈ ਉਹ ਕੀ ਮਾਇਨੇ ਰੱਖਦੀਆਂ, ਕਿੱਦਾਂ ਹੈ, ਹਰ ਇੱਕ ਨੂੰ ਉਹ ਆਰਟ ਜਿਹੜੀ ਵੱਖਰੇ ਢੰਗ ਦੇ ਨਾਲ ਜਿਹੜੀ ਉਹ ਹਿੱਟ ਕਰਦੀ ਆ, ਅਤੇ ਤੁਸੀਂ ਆ ਕੇ ਦੇਖੋ ਦੇਖੋ ਕੀ ਤੁਹਾਡੇ ਨਾਲ ਉਹ ਗੱਲਾਂ ਕਰਦੀ ਆ, ਆਰਟ ਕੀ ਪੇਂਟਿੰਗਸ ਤੁਹਾਡੇ ਨਾਲ ਗੱਲਾਂ ਕਰਦੀਆਂ ਹੈ, ਉਹ ਜ਼ਰੂਰ ਆ ਕੇ ਜਿਹੜਾ ਇਸ ਦਾ ਆਨੰਦ ਲਓ। ਐਜ਼ ਏ ਆਪਾਂ ਮੈਂ ਇੱਕ ਚੀਜ਼ ਆਪਾਂ ਜ਼ਰੂਰ ਦੇਖੀਏ ਵੀ ਆਪਾਂ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਪਿੱਛੇ ਰਹਿ ਗਏ। ਹਾਂ, ਆਪਾਂ ਹਮੇਸ਼ਾ ਹੀ ਹਮਲਿਆਂ ਦੇ ਵਿੱਚ ਰਹੇ ਹਾਂ, ਹਮਲੇ ਹੁੰਦੇ ਰਹੇ ਆ, ਜਵਾਬੀ ਕਾਰਵਾਈਆਂ ਕਰਦੇ ਰਹੇ ਹਾਂ, ਆਪਾਂ ਇਹਦੇ ਵਿੱਚ ਪਿੱਛੇ ਰਹਿ ਗਏ, ਪਰ ਹੁਣ ਅੱਜ ਦੇ ਯੁੱਗ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਆਪਣਾ ਇਤਿਹਾਸ ਆ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਸਾਂਭਣ ਦੀ ਜ਼ਰੂਰਤ ਆ, ਅਤੇ ਜਿਸ ਦੇ ਵਿੱਚ ਇਹ ਜਿਹੜੀ ਪਹਿਲਕਦਮੀ ਆ ਇਹਨਾਂ ਦੀ ਜਿਹੜੀ ਆ ਸਰਦਾਰ ਪਰਮ ਸਿੰਘ ਹੋਣਾ ਦੀ ਉਹ ਚੱਲ ਰਹੀ ਹੈਗੀ ਆ। ਸੋ ਜ਼ਰੂਰ ਇੱਕ ਹੋਰ ਜ਼ਰੂਰ ਰਾਜਕਰਮਵੀਰ ਸਿੰਘ ਜੀ ਮੈਂ ਕੁਐਸਚਨ ਪੁੱਛਣਾ ਇਹਨਾਂ ਨੂੰ, ਜਿਹੜਾ ਸਰਦਾਰ ਲਹਿਣਾ ਸਿੰਘ ਭੰਗੀ ਹੋਣਾ ਦੀ ਜਿਹੜੀ ਪੇਂਟਿੰਗਸ ਆ ਨਾ ਉਹਦੀ ਜ਼ਰੂਰ ਉਹਦੀ ਵਿਸਤਾਰ ਨਾਲ ਦੱਸੋ ਵੀ ਉਹਦਾ ਕੀ ਮੈਸੇਜ ਆ ਉਹਦੇ ਵਿੱਚ। ਜੀ ਲਹਿਣਾ ਸਿੰਘ ਭੰਗੀ ਹੋਣਾ ਦੀ ਜਿਹੜੀ ਪੇਂਟਿੰਗ ਤਿਆਰ ਕੀਤੀ ਹੈਗੀ ਆ, ਉਸ ਦੇ ਬਾਰੇ ਜਾਣਨਾ ਚਾਹੁੰਦੇ ਨੇ ਵੀ ਉਹ ਉਸ ਦੇ ਪਿੱਛੇ ਕਿੱਦਾਂ ਹੈ ਜੀ। ਹਾਂਜੀ, ਉਹ ਅਸਲ ਵਿੱਚ ਜੀ 17 ਜਦੋਂ ਅਬਦਾਲੀ ਆਇਆ ਆਪਣੇ 9ਵੇਂ ਹਮਲੇ ਜੀ, ਤਾਂ ਉਹਦੀ ਦੋ ਸਿੰਘਾਂ ਨਾਲ ਝੜਪਾਂ ਹੋ ਲਈਆਂ ਸੀਗੀਆਂ ਜੇਲਮ ਦੇ ਦੋਨੇ ਪਾਸੇ, ਅਤੇ ਉਹਦੇ ਵਿੱਚ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀਗੀ, ਅਬਦਾਲੀ ਕਾਫੀ ਵੱਡੀ ਫੌਜ ਲੈ ਕੇ ਆਇਆ ਸੀਗਾ, ਸੋ ਉਹ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਸੋ ਜਦੋਂ ਉਦੋਂ ਲਾਹੌਰ ਭੰਗੀ ਜਰਨੈਲ ਸੀਗੇ ਜਿਹੜੇ ਭੰਗੀ ਸਰਦਾਰ ਸੀਗੇ ਉਹਨਾਂ ਦੇ ਕਬਜ਼ੇ ਸੀਗਾ, ਪਰ ਇੱਥੇ ਗਿਣਤੀ ਫੌਜ ਦੀ ਸਾਰੀ 7,000 ਸੀਗੀ, ਅਤੇ ਫਿਰ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਲਾਹੌਰ ਛੱਡ ਦਈਏ ਕਿਉਂਕਿ ਉਹ ਆਊਗਾ ਉਹਦੇ ਨਾਲ ਲੜ ਕੇ ਆਪਾਂ ਨੁਕਸਾਨ ਹੀ ਕਰਾਵਾਂਗੇ, ਅਤੇ ਸਰਦਾਰ ਲਹਿਣਾ ਸਿੰਘ ਹੁਣੀ ਕਸੂਰ ਵਾਲੇ ਪਾਸੇ ਨੂੰ ਚਲੇ ਗਏ
पर जदों अबदाली आ के लाहौर इत्थे बैठिया तां उत्थे दे ही जिहड़े सीगे लोक उह गए ਉਹ ਕਹਿੰਦੇ ਪਈ ਵੀ ਹੁਣ ਤੂੰ ਇੱਥੇ ਦਾ ਆਪਣਾ ਸੂਬੇਦਾਰ ਬਣਾਉਣਾ ਅਤੇ ਸਭ ਤੋਂ ਬਿਹਤਰ ਹੈ ਕਿ ਤੂੰ ਸਰਦਾਰ ਲਹਿਣਾ ਸਿੰਘ ਨੂੰ ਇੱਥੇ ਦਾ ਸੂਬੇਦਾਰ ਬਣਾ ਦੇ ਕਿ ਉਹ ਇੱਕ ਤਾਂ ਇਹ ਹੈ ਵੀ ਜੇ ਤਾਂ ਕਿਸੇ ਹੋਰ ਨੂੰ ਬਣਾਇਆ ਉਹ ਸਿੰਘਾਂ ਨੇ ਰਹਿਣ ਨਹੀਂ ਦੇਣਾ ਦੂਜਾ ਕਿ ਸਰਦਾਰ ਲਹਿਣਾ ਸਿੰਘ ਬਹੁਤ ਜ਼ਿਆਦਾ ਮਤਲਬ ਬਹੁਤ ਕਾਬਲ ਆਗੂ ਹੈ ਅਤੇ ਕਿਸੇ ਵੀ ਭੇਦਭਾਵ ਤੋਂ ਬਿਨਾਂ ਉਹਨੇ ਇੱਥੇ ਦੇ ਪ੍ਰਬੰਧ ਨੂੰ ਚਲਾਇਆ ਸਾਰੀ ਜਨਤਾ ਸਾਰੇ ਮੁਸਲਮਾਨ ਹਿੰਦੂ ਸਿੱਖ ਸਾਰੇ ਸੌਖੇ ਨੇ ਸੋ ਅਬਦਾਲੀ ਨੇ ਸੋਚਿਆ ਕਿ ਠੀਕ ਹੈ ਵੀ ਲੜਨ ਨਾਲੋਂ ਜੇ ਇਸ ਤਰ੍ਹਾਂ ਗੱਲ ਬਣ ਜਾਏ ਤਾਂ ਬਹੁਤ ਵਧੀਆ ਸੋ ਉਹਨੇ ਇੱਕ ਸੀਗਾ ਉੱਥੇ ਰਹਿਮਤੁੱਲਾ ਬੇਗ ਉਹਦੇ ਰਾਹੀਂ ਚਿੱਠੀ ਭੇਜੀ ਪੇਸ਼ਕਸ਼ ਭੇਜੀ ਲਾਹੌਰ ਦੀ ਸੂਬੇਦਾਰੀ ਦੀ ਅਤੇ ਨਾਲ ਮੇਵੇ ਭੇਜੇ ਅਤੇ ਜਦੋਂ ਉਹ ਸਰਦਾਰ ਲਹਿਣਾ ਸਿੰਘ ਕੋਲ ਗਿਆ ਸਰਦਾਰ ਲਹਿਣਾ ਸਿੰਘ ਨੇ ਕਿਹਾ ਕਿ ਜਿਹੜਾ ਸਾਨੂੰ ਦਿੱਤਾ ਹੋਇਆ ਰਾਜ ਹੈ ਸਾਨੂੰ ਮਿਲਿਆ ਹੋਇਆ ਰਾਜ ਹੈ ਇਹ ਗੁਰੂ ਸਾਹਿਬ ਦੇ ਬਚਨਾਂ ਰਾਹੀਂ ਮਿਲਿਆ ਸਾਨੂੰ ਕਿਸੇ ਹੋਰ ਅਬਦਾਲੀ ਜਾਂ ਕਿਸੇ ਰਾਹੀਂ ਰਾਜ ਨਹੀਂ ਚਾਹੀਦਾ ਗੁਰੂ ਸਾਹਿਬ ਤੋਂ ਬਿਨਾਂ ਤਾਂ ਸਾਨੂੰ ਕਿਸੇ ਦਾ ਦਿੱਤਾ ਹੋਇਆ ਤਰਲੋਕੀ ਦਾ ਰਾਜ ਵੀ ਮਨਜ਼ੂਰ ਨਹੀਂ ਅਤੇ ਜਿਹੜੇ ਉਹਨੇ ਮੇਵੇ ਭੇਜੇ ਸੀਗੇ ਉਹ ਉਹਨਾਂ ਨੇ ਕਿਹਾ ਕਿ ਵਾਪਸ ਕਰ ਦਿੱਤੇ ਕਿ ਮੇਵੇ ਤਾਂ ਬਾਦਸ਼ਾਹਾਂ ਦੀ ਖੁਰਾਕ ਹੈ ਅਸੀਂ ਤਾਂ ਗੁਰੂ ਸਾਹਿਬ ਦੇ ਸਧਾਰਨ ਸਿਪਾਹੀ ਹੈ ਅਤੇ ਸਾਡੀ ਖੁਰਾਕ ਤਾਂ ਇਹ ਛੋਲੇ ਜਾਂ ਇਹ ਸਾਰਾ ਕੁਛ ਹੈ ਉਹਨਾਂ ਨੇ ਮੇਵੇ ਮੋੜ ਕੇ ਨਾਲ ਛੋਲੇ ਛਲੀਆਂ ਅਤੇ ਬਾਜਰਾ ਇਹ ਸਾਰਾ ਕੁਛ ਭੇਜਿਆ ਅਤੇ ਉਹਦੀ ਉਹ ਜਿਹੜੀ ਸੂਬੇਦਾਰੀ ਦੀ ਪੇਸ਼ਕਸ਼ ਸੀਗੀ ਉਹਨੂੰ ਉਹਨਾਂ ਨੇ ਠੁਕਰਾ ਦਿੱਤਾ ਜੀ ਸੋ ਇੱਥੋਂ ਹਰਜਤ ਸਿੰਘ ਜੀ ਪਰਮ ਸਿੰਘ ਜੀ ਆਪਾਂ ਨੂੰ ਇਹ ਪਤਾ ਲੱਗਦਾ ਵੀ ਉਸ ਟਾਈਮ ਦੇ ਜਿਹੜੇ ਸਿੱਖ ਕਰਦਾਰ ਕਿੱਦਾਂ ਦੇ ਜਿਹੜੇ ਉਹ ਸੀਗੇ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਜਿਹੜੇ ਜੁੜੇ ਸੀਗੇ ਅਤੇ ਆਪਾਂ ਅੱਜ ਦੇ ਇਤਿਹਾਸ ਦੇ ਉੱਤੇ ਨਜ਼ਰ ਮਾਰੀਏ ਅਤੇ ਅੱਜ ਕਿਸੇ ਛੋਟੀ ਜਿਹੀ ਵੀ ਅਹੁਦੇਦਾਰੀ ਦੇ ਲਈ ਕਈਆਂ ਨੂੰ ਮਸਲ ਕੇ ਜਿਹੜਾ ਉਹ ਉੱਤੇ ਆਉਣ ਦੀ ਜਿਹੜੀ ਉਹ ਕੋਸ਼ਿਸ਼ਾਂ ਕਰਦੇ ਆ ਸੋ ਇਹ ਇਤਿਹਾਸ ਨੂੰ ਮੋਹਰੇ ਰੱਖਣ ਦਾ ਕਾਰਨ ਵੀ ਇਹੀ ਆ ਵੀ ਆਪਾਂ ਉਸ ਕਿਰਦਾਰ ਦੇ ਵਿੱਚ ਜਿਹੜਾ ਆ ਮੁੜ ਉਹ ਕਿਰਦਾਰ ਨੂੰ ਜਿਹੜਾ ਉਹ ਅਪਣਾ ਸਕੀਏ ਹੈਗੇ ਨੇ ਬਹੁਤ ਸਾਰੇ ਸਿੰਘ ਜਿਹੜੇ ਆ ਉਸ ਕਿਰਦਾਰ ਵਾਲੇ ਹੈਗੇ ਨੇ ਤਾਂ ਹੀ ਮਤਲਬ ਦੇਰ ਇਜ਼ ਗੁੱਡ ਇਨ ਦਾ ਵਰਲਡ ਤਾਂ ਹੀ ਸਾਰਾ ਕੁਛ ਜਿਹੜਾ ਉਹ ਚੱਲਦਾ ਆ ਅਤੇ ਪਰ ਇਹ ਆ ਵੀ ਆਪਾਂ ਮਜੋਰਟੀ ਦੇ ਵਿੱਚ ਉਸ ਪਾਸੇ ਵੱਲ ਨੂੰ ਵਧੀਏ ਇਹ ਆਪਾਂ ਜ਼ਰੂਰ ਗੁਰੂ ਸਾਹਿਬ ਨੂੰ ਰੋਜ਼ ਅਰਦਾਸ ਵੀ ਕਰਦੇ ਹਾਂ ਅਤੇ ਗੁਰੂ ਸਾਹਿਬ ਦੇ ਬਚਨਾਂ ਉੱਤੇ ਚੱਲਣ ਦੀ ਜਿਹੜੀ ਆ ਸਮਰੱਥਾ ਪਰਮਾਤਮਾ ਜਿਹੜੀ ਆਪਾਂ ਨੂੰ ਇਹ ਪੰਥ ਪ੍ਰਕਾਸ਼ ਵਿੱਚ ਇੱਕ ਥਾਂ ਲਿਖਿਆ ਹੈ ਜੀ ਕਿ ਜਿਹੜਾ ਧਰੂਵ ਹੈ ਉਹ ਆਪਣੀ ਥਾਂ ਤੋਂ ਹਿੱਲ ਸਕਦਾ ਪਰ ਗੁਰੂ ਸਾਹਿਬ ਦਾ ਕੀਤਾ ਹੋਇਆ ਵਚਨ ਨਹੀਂ ਝੂਠਾ ਪੈ ਸਕਦਾ ਸੋ ਉਹਨਾਂ ਦੇ ਵਚਨਾਂ ਨਾਲ ਜਿਹੜੀ ਰਾਜ ਦੀ ਗੱਲ ਉਹਨਾਂ ਨੇ ਕਹੀ ਹੈ ਸਾਡਾ ਰਿਹਾ ਹੈ ਅਤੇ ਗਾਹਾਂ ਵੀ ਰਹੂਗਾ ਸੋ ਇਸ ਯਕੀਨ ਦੇ ਵਿੱਚ ਹੀ ਸਾਡੇ ਆਗੂਆਂ ਨੂੰ ਵਿਚਰਨਾ ਚਾਹੀਦਾ ਹੋਰ ਜਿਹੜੇ ਸਮਝੌਤੇ ਨੇ ਜਾਂ ਸਾਰਾ ਕੁਛ ਹੈ ਉਹਨਾਂ ਨੇ ਸਾਡਾ ਕਦੇ ਕੋਈ ਭਲਾ ਨਹੀਂ ਕਰਨਾ ਜੀ ਬਿਲਕੁਲ ਅਤੇ ਬਹੁਤ ਬਹੁਤ ਬਿਲਕੁਲ ਸਰੋਤਿਓ ਕੱਲ੍ਹ ਵੀ ਸੈਕਰਾਮੈਂਟੋ ਤੋਂ ਬੇਕਰ ਸਟਰੀਟ ਤੱਕ ਵੀ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਦੇਖ ਰਹੇ ਆ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਾਓ ਦੇਖੋ ਜਿਸ ਤਰ੍ਹਾਂ ਸਰਦਾਰ ਲਹਿਣਾ ਸਿੰਘ ਭੰਗੀ ਹੋਣਾ ਦੀ ਜਿਹੜੀ ਇਹਨੇ ਵਿਆਖਿਆ ਕੀਤੀ ਆ ਉਸ ਪੇਂਟਿੰਗਸ ਦੀ ਜਦੋਂ ਤੁਸੀਂ ਦੇਖੋਗੇ ਤੁਸੀਂ ਫਿਰ ਬਿਲਕੁਲ ਤੁਹਾਨੂੰ ਲੱਗੂਗਾ ਵੀ ਹੈ ਇੱਦਾਂ ਹੋਇਆ ਸੋ ਬਿਲਕੁਲ ਪਰਿਵਾਰਾਂ ਸਮੇਤ ਜਿਨ ਹਜੇ ਵੀ ਨਹੀਂ ਪਹੁੰਚ ਸਕੇ ਜ਼ਰੂਰ ਸ਼ਨਿਚਰਵਾਰ ਤੱਕ ਜਿਹੜਾ ਐਗਜੀਬਿਸ਼ਨ ਹੈਗੀ ਆ ਸਵੇਰ ਦੇ 9 ਤੋਂ ਲੈ ਕੇ ਸ਼ਾਮ ਦੇ 6:30-7 ਵਜੇ ਤੱਕ ਓਪਨਿੰਗ ਹੁੰਦਾ ਹੈਗਾ ਜੀ ਬਿਲਕੁਲ ਸੋ ਜ਼ਰੂਰ ਹੁੰਮ ਹੁਮਾ ਕੇ ਜਿਹੜਾ ਪਹੁੰਚੋ ਸ਼ਨਿਚਰਵਾਰ ਨੂੰ ਜਿਹੜਾ ਕੈਂਪ ਦੀ ਵੀ ਅਤੇ ਨਾਲ ਜਿਹੜਾ ਐਗਜੀਬਿਸ਼ਨ ਦੀ ਵੀ ਫਿਰ ਅਖੀਰਲਾ ਦਿਨ ਜਿਹੜਾ ਉਹ ਹੈਗਾ ਸੋ ਜ਼ਰੂਰ ਹੁੰਮ ਹੁਮਾ ਕੇ ਤੁਸੀਂ ਪਹੁੰਚੋ 2125 ਨੌਰਥ ਬਾਰਟਨ ਐਵੀਨਿਊ ਫਰੈਸਨੋ ਦੇ ਵਿੱਚ ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਹੁਣ ਆਪਾਂ ਬ੍ਰੇਕ ਵੀ ਲਾਵਾਂਗੇ ਅਤੇ ਫਿਰ ਵਾਪਸ ਜਿਹੜਾ ਆਉਂਦੇ ਹਾਂ ਅਤੇ ਪ੍ਰੋਗਰਾਮ ਨੂੰ ਇੱਦਾਂ ਹੀ ਜਾਰੀ ਰੱਖਾਂਗੇ ਜੀ ਅਤੇ ਪਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ 7 ਹਜ਼ਾਰ ਡਾਲਰ ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਿਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 5  7 88 25 88 ਜਾਂ 5096602201 5596602201। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਿਡ ਕੰਪਨੀਜ਼ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 408-272-2500। ਗਰਮੀ ਹੈ ਨਾ ਪੁੱਤ, AC ਨਹੀਂ ਲਾਉਣਾ। ਪਤਾ ਹੈ ਕਿੰਨਾ ਬਿੱਲ ਆਉਣਾ? ਤੇਰਾ ਡੈਡੀ ਗੁੱਸੇ ਹੋ। ਪਰ ਮੰਮੀ, ਗਰਮੀਆਂ 'ਚ AC ਨਹੀਂ ਲਾਉਣ ਦਿੰਦੇ ਤੇ ਠੰਡ 'ਚ ਹੀਟ। ਆਪਾਂ ਗੁਆਂਢੀਆਂ ਵਾਂਗੂ ਬਲੂ ਬ੍ਰਾਈਟ ਦਾ ਫ੍ਰੀ ਸੋਲਰ ਸਿਸਟਮ ਨਹੀਂ ਲਵਾ ਸਕਦੇ। ਬਲੂ ਬ੍ਰਾਈਟਿੰਗ ਕੈਲੀਫੋਰਨੀਆ ਦੀ ਇੱਕ ਕੰਪਨੀ ਹੈ ਜੋ ਹੋਮ ਆਨਰਸ ਨੂੰ ਫ੍ਰੀ ਸੋਲਰ ਸਿਸਟਮ ਦੇ ਰਹੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਹੋਰ ਕੰਪਨੀ ਦੇ ਨਾਲ ਇਕਰਾਰ ਕਰੋ, ਸਟੇਟ ਆਫ ਕੈਲੀਫੋਰਨੀਆ ਦੁਆਰਾ ਮੁਫਤ ਸੋਲਰ ਸਿਸਟਮ ਕਿੱਦਾਂ ਲੈਣਾ ਹੈ, ਉਸ ਵਾਸਤੇ ਅੱਜ ਹੀ ਮੁਫਤ ਸਲਾਹ ਲਓ। ਕਾਲ ਜਾਂ ਟੈਕਸ ਕਰੋ ਰਾਜ ਸਿੰਘ ਨੂੰ 9168471634। ਤੁਸੀਂ ਸੋਲਰ ਸਿਸਟਮ ਘਰ ਬੈਠੇ ਆਨਲਾਈਨ ਜਾਂ ਫੋਨ ਤੋਂ ਹੀ ਲਵਾ ਸਕਦੇ ਹੋ। ਤੁਹਾਨੂੰ ਸੋਲਰ ਸਿਸਟਮ ਦਾ ਸਟਿਮੂਲਸ ਚੈੱਕ ਵੀ ਮਿਲੇਗਾ। ਤੇ ਫਿਰ ਫੋਨ ਕਰੋ 916-847-1634। ਥੈਂਕ ਯੂ ਬਲੂ ਬ੍ਰਾਈਟ, ਹੁਣ ਸਾਡਾ ਪਰਿਵਾਰ ਵੀ ਸੁਰੱਖਿਅਤ ਤੇ ਖੁਸ਼ ਰਹੇਗਾ। ਬਲੂ ਬ੍ਰਾਈਟਿੰਗ ਨੰਬਰ ਹੈ 9168471634, 916-847-1634। ਕੰਡੀਸ਼ਨਸ ਅਪਲਾਈ। ਸ਼ੈਤਾਨ ਵਾਂਗੂ ਲੜ ਜਾ ਬਿਜ਼ਨਸ ਵਿੱਚ ਰਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 5698252555, NMLS ID 6989852, DRE number 02067197. All loans are subject to credit and underwriting approval. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ GIN ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮੈਰੀਕਾ, ਅਤੇ ਸਰੋਤਿਓ ਜਿੱਦਾਂ ਆਪਾਂ ਹਰ ਬੁੱਧਵਾਰ ਨੂੰ ਥੋੜ੍ਹੀ ਬਹੁਤੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਰੀਅਲ ਅਸਟੇਟ ਅਤੇ ਮੋਰਗੇਜ ਇੰਡਸਟਰੀ ਦੇ ਬਾਰੇ, ਅਤੇ ਆਪਣੇ ਨਾਲ ਰੀਅਲ ਅਸਟੇਟ ਅਤੇ ਮੋਰਗੇਜ ਦੇ ਬਾਰੇ ਗੱਲਬਾਤ ਕਰਨ ਦੇ ਲਈ ਜ਼ੈਂਡਰ ਮੋਰਗੇਜ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜੁੜੇ ਆ। ਮੋਹਨ ਸਿੰਘ ਚੀਮਾ ਜੀ, GIN ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਜੀ ਰਾਘਵ ਜੀ, ਆਪ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਮਾਫੀ ਚਾਹੁੰਦੇ ਥੋੜ੍ਹੇ ਜਿਹਾ ਦੇਰੀ ਦੇ ਨਾਲ, ਜਿੱਦਾਂ ਆਪਾਂ ਜਾਣਦੇ ਹਾਂ ਵੀ ਆਪਣੇ ਇੱਥੇ ਐਗਜੀਬਿਸ਼ਨ ਚੱਲ ਰਹੀ ਹੈ, ਸੋ ਉਸ ਦੇ ਬਾਰੇ ਆਪਣੀ ਗੱਲਬਾਤ ਥੋੜ੍ਹੀ ਜਿਹੀ ਲੰਬੀ ਚੱਲ ਗਈ, ਅਤੇ ਪਰ ਆਪਾਂ ਅੱਜ ਜਿਹੜਾ ਇੱਕ ਅਹਿਮ ਗੱਲ ਆ ਉਸ ਦੇ ਉੱਤੇ ਮੋਹਨ ਸਿੰਘ ਚੀਮਾ ਜੀ ਆਪਾਂ ਫੋਕਸ ਜਿਹੜੀ ਉਹ ਕਰਾਂਗੇ। ਆਪਾਂ ਦੇਖ ਰਹੇ ਹਾਂ ਵੀ ਹੁਣ ਘਰਾਂ ਦੀ, ਅਪਾਰਟਮੈਂਟਸ ਦੀ ਹਰ ਇੱਕ ਪਾਸੇ ਜਿਹੜੀ ਸ਼ੋਰਟੇਜ ਚੱਲ ਰਹੀ ਆ, ਰੈਂਟ ਜਿਹੜੇ ਆ ਉਹ ਇੱਕ ਵਾਰੀ ਫਿਰ ਕਾਫੀ ਜ਼ਿਆਦਾ ਵਧਣੇ ਜਿਹੜੇ ਉਹ ਸ਼ੁਰੂ ਹੋ ਗਏ ਆ, ਅਤੇ ਬਹੁਤ ਸਾਰੇ ਜਿਹੜੇ ਅਨਡਿਸਾਈਡਿਡ ਹੋਮ ਬਾਇਰਸ ਆ ਉਹਨਾਂ ਦੇ ਲਈ ਇੱਕ ਬੜੀ ਚੁਣੌਤੀ ਵਾਲਾ ਸਮਾਂ ਹੈ ਇਸ ਹਿਸਾਬ ਦੇ ਨਾਲ। ਜੀ ਜੀ, ਸੋ ਰਾਜ ਭਾਅ ਜੀ, ਸ਼ੋ ਦੇ ਵਿੱਚ ਮਤਲਬ ਆਪਣੀ ਜਿਹੜੀ ਮੈਂ ਆਈਡੀਜ਼ ਹੈਗੀਆਂ ਉਹ ਕਰਨਾ ਦੇਖਣਾ ਚਾਹੂੰਗਾ ਜੀ। ਜਿਹੜੀ ਸਾਡੀ ਲੋਨ ਨਾਲ ਸੰਬੰਧੀ, ਮੋਰਗੇਜ ਨਾਲ ਸੰਬੰਧੀ, ਜਨਰਲ ਮੋਰਗੇਜ, ਸਾਡੀ NMLS ID ਨੰਬਰ ਜਿਹੜਾ ਹੈਗਾ ਜੀ ਉਹ ਮੇਰਾ ਹੈਗਾ 6989852, ਤੇ ਇਸ ਦੇ ਨਾਲ ਨਾਲ ਜੁੜਦਾ ਜਿਹੜਾ ਡਿਪਾਰਟਮੈਂਟ ਆਫ ਰੀਅਲ ਸਟੇਟ ਦਾ DRE ID ਨੰਬਰ ਜ਼ੈਂਡਰ ਰੀਅਲ ਸਟੇਟ ਨਾਲ ਜੁੜਦਾ ਜੀ ਉਹ ਹੈਗਾ ਜੀ 02067197।
ਸਵਾਲ ਤੁਸੀਂ ਰਾਜਪਾਲ ਜੀ ਬਹੁਤ ਵਧੀਆ ਪੁੱਛਿਆ ਹੈਗਾ ਕਿ ਹਾਲਾਤਾਂ ਦੇ ਹਿਸਾਬ ਨਾਲ ਜਿਵੇਂ ਕਹਿ ਲਓ ਵੀ ਘਰਾਂ ਦੀ ਬਹੁਤ ਸ਼ੋਰਟੇਜ ਸਭ ਨੂੰ ਪਤਾ ਹੈਗੀ ਆ ਵੀ ਹੈ ਹੀ ਨਹੀਂ, ਇਨਵੈਂਟੋਰੀ ਨਹੀਂ ਹੈਗੀ। ਇਸ ਦੇ ਨਾਲ ਨਾਲ ਜਿਹੜਾ ਇੱਕ ਹੋਰ ਬੜਾ ਜਿਹੜਾ ਕਹਿ ਲਓ ਵੀ ਪ੍ਰੋਬਲਮੈਟਿਕ ਇਸ਼ੂ ਖੜਾ ਹੋ ਰਿਹਾ ਉਹ ਇਹ ਹੈਗਾ ਵੀ ਜਿਹੜੇ ਘਰਾਂ ਨੇ ਜਿਹੜੇ ਕਿਰਾਏ ਤੇ ਜਿਹੜੇ ਘਰ ਸੀਗੇ ਨਾ ਜੀ, ਉਹਨਾਂ ਦੀ ਵੀ ਸ਼ੋਰਟੇਜ ਵੱਧ ਗਈ ਹੈ ਹੁਣ ਜਿਹੜੇ ਜਿਹੜੇ ਮਾਲਕ ਨੇ ਘਰਾਂ ਦੇ ਮਕਾਨਾਂ ਦੇ। ਇੱਕ ਤੇ ਦੇਖੋ ਜਿਹੜੀ ਸਰਕਾਰ ਦਾ ਮੋਰਟੋਰੀਅਮ ਸੀਗਾ ਵੀ ਤੁਸੀਂ ਕਿਸੇ ਨੂੰ ਅਵਿਕਟ ਨਹੀਂ ਕਰ ਸਕਦੇ, ਹਨਾ, ਤੁਸੀਂ ਕਿਸੇ ਨੂੰ ਘਰ ਚੋਂ ਕੱਢ ਨਹੀਂ ਸਕਦੇ ਵੀ ਉਹਨਾਂ ਦਾ ਵੀ ਕੋਵਿਡ ਦੇ ਦੌਰਾਨ ਵੀ ਉਹਨਾਂ ਨੂੰ ਰਹਿਣ ਦਿਓ, ਤੁਸੀਂ ਉਹਨਾਂ ਦੇ ਜੋ ਕਰਾਏਂਗੇ ਤੁਸੀਂ ਤਾਂ ਵੀ ਰਹਿਣ ਦਿਓ, ਠੀਕ ਹੈ। ਪਰ ਸਰਕਾਰ ਦੀ ਜਿੰਨੀ ਹੈਲਪ ਹੋਈ ਹੈ ਲੈਂਡਲੋਰਡਸ ਨੂੰ ਇੰਨੀ ਜ਼ਿਆਦਾ ਹੋਈ ਨਹੀਂ। ਹੁਣ ਜਿਹੜੇ ਲੈਂਡਲੋਰਡਸ ਹੈਗੇ ਆ ਉਹਨਾਂ ਨੇ ਆਪਣੇ ਪੈਸੇ ਪੂਰੇ ਕਰਨੇ ਆ, ਸਰਕਾਰਾਂ ਵੀ ਪੈਸੇ ਪੂਰਾ ਕਰਦੀਆਂ, ਇਸ ਤਰ੍ਹਾਂ ਲੈਂਡਲੋਰਡ ਜਿਹੜੇ ਹੈਗੇ ਮਕਾਨਾਂ ਦੇ ਮਾਲਕ ਜਿਹੜੇ ਅੱਗੇ ਘਰ ਕਰਾਏ ਦਿੰਦੇ ਨੇ ਉਹਨਾਂ ਨੇ ਆਪਣੇ ਪੈਸੇ ਪੂਰੇ ਕਰਨੇ ਆ। ਹੁਣ ਉਹ ਇਹ ਚੀਜ਼ ਦੇਖਦੇ ਵੀ ਸ਼ੋਰਟੇਜ ਦੇ ਕਾਰਨ ਅਸੀਂ ਵੀ ਆਪਣੇ ਕਿਰਾਏ ਵਧਾਉਣੇ ਸ਼ੁਰੂ ਕਰ ਦਈਏ, ਤੇ ਜਿੰਨੇ ਵੀ ਮੇਰੇ ਖਿਆਲ ਚ ਜਿਹੜੇ ਸਾਡੇ ਸਰੋਤੇ ਕਹਿ ਲਓ ਵੀ ਇਸ ਵੇਲੇ ਕਿਰਾਏ ਦੇ ਘਰਾਂ ਚ ਰਹਿ ਰਹੇ ਨੇ ਜਾਂ ਉਹਨਾਂ ਕੋਲ ਆਪਣੇ ਚਲੋ ਵੀ ਅਪਾਰਟਮੈਂਟਸ ਹੈਗੇ ਨੇ, ਤੇ ਉਹਨਾਂ ਨੇ ਇਹ ਚੀਜ਼ ਨੋਟਿਸ ਕੀਤੀ ਹੋਊਗੀ ਵੀ ਕਈਆਂ ਨੂੰ ਤੇ ਇਹ ਜਿਹੜੇ ਨੋਟਿਸ ਆਲਰੇਡੀ ਆ ਵੀ ਗਏ ਵੀ ਤੁਹਾਡਾ ਅਸੀਂ ਕਿਰਾਇਆ ਇੰਨਾ ਵਧਾਉਣ ਲੱਗੇ, ਠੀਕ ਹੈ ਜੀ। ਸੋ ਇਸ ਵੇਲੇ ਜਿਹੜਾ ਹੁਣ ਇਹ ਜਿਹੜਾ ਸਵਾਲ ਇਹ ਖੜਾ ਹੋ ਜਾਂਦਾ ਵੀ ਭਾਈ ਜੇ ਕਿਰਾਏ ਵੱਧਦੇ ਪਏ ਆ ਉਦੋਂ ਦੂਜੇ ਪਾਸੇ ਵਿਆਜ ਇੰਨੇ ਘੱਟ ਗਏ ਹੈਗੇ ਆ ਤੇ ਕੀ ਫਾਇਦਾ ਹੈਗਾ, ਘਰ ਲੈਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ। ਸੋ ਜਿਵੇਂ ਮੈਂ ਪਹਿਲਾਂ ਸਭ ਨੂੰ ਕਿਹਾ ਸੀਗਾ ਵੀ ਰਾਜਪਾਲ ਜੀ ਜਿਹਨਾਂ ਨੂੰ ਹੈਗੀ ਹੈ ਲੋੜ ਵੀ ਕਹਿ ਲਓ ਵੀ ਪਰਿਵਾਰ ਦੇ ਕਾਰਨ ਕਹਿ ਲਓ ਵੀ ਬੱਚਿਆਂ ਦੀ ਉਹਨਾਂ ਨੂੰ ਰੂਮ ਚਾਹੀਦੇ ਹੈਗੇ ਨੇ, ਪੇਰੈਂਟਸ ਇੰਡੀਆ ਤੋਂ ਆ ਰਹੇ ਨੇ ਜਾਂ ਫੈਮਿਲੀ ਵੱਡੀ ਹੋ ਰਹੀ ਹੈ, ਉਹਨਾਂ ਵਾਸਤੇ ਜਿਹੜਾ ਆਹ ਟਾਈਮ ਹੈਗਾ ਹਾਲੇ ਵੀ ਘਰ ਲੈਣ ਦਾ ਠੀਕ ਹੈਗਾ, ਕਿਉਂਕਿ ਤੁਹਾਨੂੰ ਘੱਟ ਵਿਆਜ ਦੇ ਉੱਪਰ ਇੱਕ ਜਿਹੜਾ ਕਹਿ ਲਓ ਵੀ ਘਰ ਮਿਲ ਸਕਦਾ। ਹੋ ਸਕਦਾ ਵੀ ਤੁਹਾਡਾ ਜਿਹੜਾ ਕਿਰਾਇਆ ਵੀ ਉਹਨਾਂ ਹੋਏ ਜਿੰਨੀ ਘਰ ਦੀ ਮਕਾਨ ਦੀ ਪੇਮੈਂਟ ਹੋਏ, ਤੇ ਸੋ ਇਹਦੇ ਵਿੱਚ ਜਿਹੜੀ 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 ਗੱਲ ਇਹ ਹੈਗੀ ਹੈ ਵੀ ਜੇ ਤੁਸੀਂ ਘਰ ਨਹੀਂ ਲਿਆ ਹਜੇ ਜਾਂ ਸੋਚ ਰਹੇ ਸੀ ਜਾਂ ਸੋਚੇ ਸੀ ਹੋਰ ਵੇਟ ਕਰ ਲਈਏ, ਸੋ ਡੋਂਟ ਵੇਟ ਐਨੀ ਫਰਦਰ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਲਦੀ ਕੀਤੀਆਂ ਇਹਨਾਂ ਦੀਆਂ ਪ੍ਰਾਈਸਿਸ ਜਿਹੜੀਆਂ ਥੱਲੇ ਨਹੀਂ ਆਉਣੀਆਂ ਜੀ। ਜੀ ਜੀ ਬਿਲਕੁਲ। ਸੋ ਸਰੋਤਿਓ ਤੁਹਾਡਾ ਜੇ ਕੋਈ ਤੁਸੀਂ ਤੁਹਾਡਾ ਕੋਈ ਕੁਐਸਚਨ ਹੋਵੇ ਲੋਨ ਦੇ ਬਾਰੇ, ਮੌਰਗੇਜ ਦੇ ਬਾਰੇ, ਘਰ ਖਰੀਦਣਾ ਚਾਹੁੰਦੇ ਹੋ, ਰੈਂਟ ਵੱਧ ਰਿਹਾ ਆ ਅਤੇ ਹੁਣ ਉਹਦੇ ਨਾਲੋਂ ਜੇ ਮੌਰਗੇਜ ਸਸਤੀ ਪੈਂਦੀ ਹੈ ਜਾਂ ਉਹਦੇ ਬਰਾਬਰ ਹੀ ਪੈਂਦੀ ਆ, ਵਾਈ ਨਾਟ ਬਿਕਮ ਏ ਹੋਮ ਓਨਰ। ਸੋ ਉਸ ਦੇ ਵਿੱਚ ਤੁਹਾਡੀ ਜਿਹੜੀ ਇਹ ਮਦਦ ਕਰਨਗੇ, ਇਹਨਾਂ ਨੂੰ ਤੁਸੀਂ ਕੋਂਟੈਕਟ ਕਰ ਲਿਓ ਜੀ 5989052575, 5599025275 ਪੂਰੇ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ ਜਿਹੜੀ ਸਟੇਟ ਆ ਉਸ ਦੇ ਜਿਹੜੇ ਸਿਆਟਲ ਵਾਲੇ ਇਲਾਕੇ ਆ ਉਸ ਦੇ ਵਿੱਚ ਜਿਹੜੀ ਹੈ ਤੁਹਾਡੀ ਇੱਥੇ ਬਿਲਕੁਲ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਉਹ ਮਦਦ ਆ ਉਹ ਕਰ ਸਕਦੇ ਨੇ। ਅਤੇ ਇੱਕ ਮੋਜੀ ਮਾਜੀ ਆਪਾਂ ਦੇਖ ਰਹੇ ਹਾਂ ਵੀ ਹੁਣ ਜਿਹੜਾ ਮੋਰੀਟੋਰੀਅਮ ਆ ਅਸੀਂਗਾ ਰੈਂਟ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਖਤਮ ਹੋਣ ਜਾ ਰਿਹਾ ਥੋੜ੍ਹੇ ਹੀ ਦਿਨਾਂ ਦੇ ਵਿੱਚ, ਇਹ ਜਿਹੜੀਆਂ ਰਿਪੋਰਟਸ ਜਿਹੜੀਆਂ ਦੱਸ ਰਹੀਆਂ ਆ। ਸੋ ਮਿਲੀਅਨਸ ਆਫ ਲੋਕ, ਮਿਲੀਅਨਸ ਆਫ ਅਮੈਰੀਕਨਸ ਦੇ ਆਰ ਬਿਹਾਈਂਡ ਪੇਮੈਂਟਸ, ਈ ਰੈਂਟ ਦੇ ਵਿੱਚ ਵੀ ਅਤੇ ਕਈ ਲੋਨਸ ਦੇ ਵਿੱਚ ਵੀ, ਫੋਰਬੀਅਰੈਂਸ ਵੀ ਜਿਹੜੀ ਹੈ ਕਈਆਂ ਦੀ ਜਿਹੜੀ ਇਸ ਹਿਸਾਬ ਦੇ ਨਾਲ ਚੱਲ ਰਹੀ ਆ, ਉਸ ਨੂੰ ਲੈ ਕੇ ਕੀ ਜਿਹੜੀ ਹਿਲਜੁਲ ਹੋਣ ਦੀ ਆਪਾਂ ਨੂੰ ਉਮੀਦ ਹੈਗੀ ਆ ਜਦੋਂ ਮਿਲੀਅਨਸ ਆਫ ਲੋਕਾਂ ਨੂੰ, ਇਹ ਤਾਂ ਨਹੀਂ ਆ ਵੀ ਚਲੋ ਰਾਤੋ ਰਾਤ ਸਾਰੇ ਜਣੇ ਜਿਹੜੇ ਆ ਘਰੋਂ ਬੇਘਰ ਹੋ ਜਾਣਗੇ ਜਾਂ ਖਾਲੀ ਹੋਣਗੇ, ਟਾਈਮ ਜਿਹੜਾ ਉਸ ਸਾਰੀ ਚੀਜ਼ ਦੇ ਵਿੱਚ ਲੱਗੂਗਾ, ਪਰ ਰੀਅਲ ਇਸਟੇਟ ਦੀ ਮਾਰਕੀਟ ਦੇ ਉੱਤੇ, ਹਾਊਸਿੰਗ ਦੀ ਮਾਰਕੀਟ 'ਤੇ ਇਸਦਾ ਕੀ ਅਸਰ ਰਹਿਣ ਵਾਲਾ? ਹਾਂਜੀ ਸੁਰਾਜ ਭਾਜੀ, ਥੋੜ੍ਹਾ ਬਹੁਤਾ ਤਾਂ ਅਸਰ ਪਊਗਾ ਹੀ ਪਊਗਾ, ਕਿਉਂਕਿ ਹਰ ਇੱਕ ਬੰਦੇ ਨੇ ਹੁਣ ਜਿਹਨਾਂ ਨੇ ਕਹਿ ਲਓ ਵੀ ਫੋਰ ਬੈਂਕਸ ਲਈ ਸੀਗੀ ਜਾਂ ਪੇਮੈਂਟਸ ਨਹੀਂ ਦਿੱਤੀਆਂ, ਕਈਆਂ ਨੇ ਤੇ ਵਿੱਚ ਚਲੋ ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਸਾਡੇ ਕਹਿ ਲਓ ਵੀ ਖਾਸ ਕਰ ਲੋਕ ਹਮੇਸ਼ਾ ਪੇਮੈਂਟ ਜਿਹੜੀ ਹੈਗੀ ਆ ਉਹ ਟਾਈਮ ਸਿਰ ਪਹੁੰਚਾ ਦਿੰਦੇ, ਪਰ ਓਵਰਆਲ ਇਨ ਜਨਰਲ ਜੇ ਅਸੀਂ ਓਵਰਆਲ ਅਮੈਰੀਕਨਸ ਜਿਹੜੇ ਕਹਿ ਲਓ ਵੀ ਆਮ ਪੱਧਰ ਦੀ ਗੱਲ ਕਰੀਏ ਤੇ ਹੋ ਸਕਦਾ ਵੀ ਕੁਛ ਲੋਕਾਂ ਦਾ ਇਰਾਦਾ ਨਾ ਬਣੇ ਪੇਮੈਂਟਾਂ ਦੇਣ ਦਾ, ਤੇ ਉਹਦੇ ਕਾਰਨ ਕੁਛ ਇੱਕ ਹੋ ਸਕਦਾ ਵੀ ਫੋਰ ਕਲੋਜਰ ਦੀ ਐਕਟੀਵਿਟੀ ਜਿਹੜੀ ਹੈਗੀ ਹੈ ਜਦੋਂ ਇਹ ਸਾਰਾ ਕੁਛ ਖਤਮ ਹੋ ਜੂਗਾ ਉਹ ਵੱਧ ਸਕਦੀ ਹੈ। ਲੇਕਿਨ ਇੱਕ ਜਿਹੜੀ ਚੀਜ਼ ਹੈਗੀ ਹੈ ਰਾਜਪਾਲ ਜੀ, ਉਹ ਹਮੇਸ਼ਾ ਮੈਂ ਦੁਆ ਦੁਆ ਤੋਂ ਇਹ ਕਹਿੰਦਾ ਹੈਗਾ ਵੀ ਜਿਹੜਾ ਕਿਉਂਕਿ ਰੇਟ ਇੰਨੇ ਘੱਟ ਹੈਗੇ, ਕਾਫੀ ਲੋਕਾਂ ਨੇ ਨਾ ਘਰ ਦੇ ਰੀਫਾਇਨਾਂਸ ਕਰਾ ਵੀ ਲਏ ਆ, ਹੁਣ ਜਿਹਨਾਂ ਨੇ ਘਰ ਦੇ ਰੀਫਾਇਨਾਂਸ ਕਰਾ ਲਏ ਉੱਤੋਂ ਘਰਾਂ ਦੀ ਜਿਹੜੀ ਕਹਿ ਲਓ ਵੀ ਉਹਨਾਂ ਦੀ ਨਾ ਹਰ ਇੱਕ ਬੰਦੇ ਵਿੱਚ ਘਰਾਂ ਦੀ ਐਕੁਇਟੀ ਬਣੀ ਹੋਈ ਹੈ, ਹੁਣ ਐਸੈਟ ਬਣ ਗਿਆ। ਹੁਣ ਜਿੰਦੀ ਕਿਤੇ ਦੋ ਬੰਦੇ ਨੇ ਗੱਲਾਂ ਇਹ ਵੇਖੀਆਂ ਵੀ ਭਾਈ ਜੇ ਮੈਂ ਘਰ ਚ ਛੱਡਤਾ ਤੇ ਮੈਂ ਜੇ ਘਰ ਨਵਾਂ ਲੈਣ ਜਾਊਂਗਾ ਤਾਂ ਮੈਨੂੰ ਮਿਲਣਾ ਨਹੀਂ, ਹੋ ਸਕਦਾ ਮੈਂ ਕੁਆਲੀਫਾਈ ਨਾ ਕਰਾਂ ਜਾਂ ਕੋਈ ਹੋਰ ਸਿਚੁਏਸ਼ਨ ਬਣ ਜੇ। ਸੋ ਇਸ ਕਾਰਨ ਜੇ ਕਹਿ ਲਓ ਵੀ ਜਿਹੜਾ ਕਹਿੰਦਾ ਨਾ ਫਲੱਡ ਆਫ ਫੋਰ ਕਲੋਜਰ ਜਿਹੜੀ ਗੱਲ ਕਹੀ ਸੁਣ ਚ ਆਉਂਦੀ ਹੋਵੇ ਤੁਹਾਨੂੰ ਵੀ ਬਹੁਤ ਹੀ ਵੱਡੇ ਲੈਵਲ ਤੇ ਫੋਰ ਕਲੋਜਰ ਮਾਰਕੀਟ ਜਾਣਗੇ ਉਹ ਸ਼ਾਇਦ ਆਉਣੇ ਨਹੀਂ। ਤੇ ਇੱਕ ਜਿਹੜੀ ਅੰਦਰੂਨੀ ਗੱਲ ਹੈ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੂੰਗਾ, ਕੁਛ ਇੱਕ ਰਿਪੋਰਟਾਂ ਇਹ ਵੀ ਆ ਰਹੀਆਂ ਵੀ ਜਿਹੜੇ ਵੱਡੇ ਵੱਡੇ ਹੈਜ ਫੰਡਸ ਨਹੀਂ ਹੁੰਦੇ ਜਿਵੇਂ ਨਿਊਯਾਰਕ ਦੇ ਜਿਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ, ਕੰਪਨੀਆਂ ਹੁੰਦੀਆਂ ਨਾ ਨਹੀਂ ਲੈਣਾ ਚਾਹੂੰਗਾ, ਬਹੁਤ ਵੱਡੀਆਂ ਕੰਪਨੀਆਂ ਹੁੰਦੀਆਂ, ਉਹਨਾਂ ਕੋਲ ਪੈਸਾ ਇੰਨਾ ਜ਼ਿਆਦਾ ਪਿਆ ਵੀ ਉਹਨਾਂ ਨੇ ਕਹਿ ਲਓ ਵੀ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੇ ਘਰ ਕਿੰਨੇ ਸ਼ੁਰੂ ਕਰਤੇ ਕੈਸ਼ ਦੇ ਵਿੱਚ, ਉਹਨਾਂ ਕੋਲ
प्रोग्राम लाने शुरू करते भी इन्होंने घट नहीं शुरू कर दो। सो जी हाउसिंग मार्केट की जी शॉर्टेज हैगी ना वीर जी, वह लंबे समय तक बनी रहनी है, यदा कोई हल नज़र नहीं आता। सो बेसिकली जी मैं हमेशा एम्फोसाइज करना, एक तो मेरा काम भी है, दूजा मैं सिलसिला ये दिना वा कि घर एक ना जरूरत हैगी है। मैं बड़ी बार कहा भी रोटी कपड़ा तो मकान, ये तीन जिहड़ियां चीज़ां साढ़े पिछले पुराने साढ़े बुजुर्ग भी कहिंदे सी, मैं भी हुण इह कहिंदा कि ये जरूरत हैगी। सो मकान हैगा जो तुसीं अमेरिका च आए हो तो तुसीं कदी ना कदी लैणा हैगा। सो आह जिहड़ा टाइम हैगा, क्योंकि व्याज इन्ने घट हैगे, भावें घरां दीआं प्राइसिस थोड़ियां अप हैगियां, इन्ने क्रेजी अपनी हैगियां भी तुसीं कहो भी असीं किराया दा मकान लईए कि अपना मकान लईए। सो अपना मकान जे तुहाडे कोई इहदे वास्ते कोई भी तुहाडा सवाल होवे, जो तुसीं साडा नंबर दस्सिआ सीगा 5609052575, सलाह करने की कोई फीस नहीं हैगी जी, तुसीं जदों मर्जी कॉल करो। तुहाडी कोई मुश्किल हैगी है किसी काम से, कोई तुहानूं समझ लगी की करना है, हाउसिंग नाल रिलेटिड जिहड़ा होवे जां मॉर्गेज नाल रिलेटिड होवे, तो प्लीज तुसीं सानूं जरूर मौका दो जी। जी बिल्कुल जी, इन्हां दा फोन नंबर 5089052575, 5599052575। तो बहुत बहुत शुक्रिया मोहन सिंह चीमा जी। तो एक बार फिर जो दस जाइए, रेंट्स वध रहे आ, मॉर्गेज जिहड़े आ इंट्रस्ट रेट्स आ उह घट ने, ਤੁਸੀਂ ਦੇਖੋ ਵੀ ਤੁਹਾਡਾ ਬੈਲੈਂਸ ਜਿਹੜਾ ਉਹ ਕਿੱਥੇ ਬਣਦਾ ਆ, ਵੀ ਜੇ ਰੈਂਟ ਵੱਧ ਦੇ ਰਹੇ ਹਾਂ ਤਾਂ ਉਹਦੇ ਨਾਲੋਂ ਬੈਟਰ ਆ ਵੀ ਇੱਕ ਹੋਮ ਓਨਰ ਜਿਹੜਾ ਉਹ ਤੁਸੀਂ ਬਣੋ, ਇਕਵਿਟੀ ਆਪਣੀ ਬਣਾਓ, ਇਨਵੈਸਟਮੈਂਟ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਹੋ ਜਾਂਦੀ ਆ। ਇਹ ਹਰ ਇੱਕ ਦੀ ਆਪਣੇ ਪੰਜਾਬੀਆਂ ਦੀ ਕਿ ਸਾਰੀ ਦੁਨੀਆ ਦੀ ਇੱਛਾ ਹੁੰਦੀ ਆ ਵੀ ਰੋਟੀ ਕੱਪੜਾ ਮਕਾਨ ਜਿਹੜਾ ਸਿਰ ਦੇ ਉੱਤੇ ਛੱਤ ਜਿਹੜੀ ਉਹ ਆਪਣੀ ਹੋਵੇ। ਇਹ ਨਾ ਹੋਵੇ ਵੀ ਚੱਕੋ ਬੋਰੀਆ ਬਿਸਤਰਾ ਅਤੇ ਫਿਰ ਕਹਿ ਦੇਵੇ ਰੈਂਟ ਵਾਲਾ ਵੀ ਹੁਣ ਜਾਓ ਜੀ ਇੱਥੋਂ, ਇੱਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਸੋ ਜ਼ਰੂਰ ਇਸ ਦੇ ਬਾਰੇ ਜਿਹੜਾ ਵਿਚਾਰ ਕਰੋ, ਤੁਹਾਡੇ ਫਾਈਨੈਂਸਿਸ ਕਿੱਦਾਂ ਦੇ ਆ, ਕੀ ਹੈਗਾ ਆ, ਤੁਹਾਨੂੰ ਜਿਹੜੀ ਵਧੀਆ ਸਲਾਹ ਦੇਣਗੇ ਵੀ ਕੀ ਜਿਹੜਾ ਤੁਸੀਂ ਇਸ ਆਪਣੇ ਜਿਹੜੇ ਤੁਹਾਡੇ ਇਨਕਮ ਦੇ ਹਿਸਾਬ ਨਾਲ ਕਿਹੜੀ ਤੁਹਾਡੀ ਅਫੋਰਡੇਬਿਲਟੀ ਹੈਗੀ ਆ। ਸੋ ਬਿਲਕੁਲ ਵਧੀਆ ਤੁਹਾਨੂੰ ਸਲਾਹ ਦੇ ਕੇ ਜਿਹੜਾ ਘਰ ਦਿਵਾਉਣ ਦੇ ਵਿੱਚ ਤੁਹਾਨੂੰ ਉਹ ਲੈਣ ਦੇ ਵਿੱਚ ਮਦਦ ਜਿਹੜੀ ਉਹ ਕਰਨਗੇ। 5089052575 ਦੇ ਉੱਤੇ ਮੋਹਨ ਸਿੰਘ ਚੀਮਾ ਹੋਣਾ ਦੇ ਨਾਲ ਕੰਟੈਕਟ ਜਿਹੜਾ ਕਰਿਓ ਜੀ। ਅਤੇ ਮੋਹਨ ਸਿੰਘ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ ਰਾਜਪਾਲ ਜੀ। ਹਾਂਜੀ, ਤੁਹਾਡਾ ਅਤੇ ਸਭ ਸ਼ਰੋਤਿਆਂ ਦਾ ਮੈਂ ਫਿਰ ਸ਼ੁਕਰੀਆ ਸ਼ੁਕਰੀਆ ਕਰਨਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਮੋਹਨ ਸਮਾਪਤ ਆ, ਮਿਲਾਂਗੇ ਅਗਲੀ ਵਾਰ, ਉਹ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।